ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਨਲ ਦਾ ਹਫ਼ਤਾਵਾਰੀ ਪ੍ਰੋਗਰਾਮ ਸਿੱਖ ਫਿਲਾਸਫੀ ਦੇ ਉੱਤੇ ਪਿਛਲੇ ਕੁਝ ਹਫ਼ਤਿਆਂ ਤੋਂ ਸੰਸਕਾਰਾਂ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਭਾਈ ਸਾਹਿਬ ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਜਿਹੜੇ ਇਹਦੇ ਉੱਤੇ ਚਾਨਣਾ ਬੜੀ ਬਿਰਤਾ ਭਰਪੂਰ ਲਹਿਜੇ ਨਾਲ ਪਾਉਂਦੇ ਆ ਰਹੇ ਨੇ ਅੱਜ ਵੀ ਸਿੱਖ ਚੈਨਲ ਦੇ ਸਟੂਡੀਓ ਵਿੱਚ ਹਾਜ਼ਰ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਪਿਛਲੇ ਕੁਝ ਹਫ਼ਤੇ ਵਾਹਿਗੁਰੂ ਜੀ ਮਰਨ ਸੰਸਕਾਰ ਦੇ ਉੱਤੇ ਗੁਰਬਾਣੀ ਕੀ ਆਖਦੀ ਹੈ ਗੁਰਮਤ ਮਰਿਆਦਾ ਕੀ ਆਖਦੀ ਹੈ ਅਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਅਖੀਰਲੇ ਸਮੇਂ 'ਤੇ ਕੀ ਉਪਦੇਸ਼ ਦਿੰਦੇ ਨੇ ਜਿਹੜਾ ਕਿ ਬਾਬਾ ਸੁੰਦਰ ਜੀ ਨੇ ਰਾਮਕਲੀ ਸੱਦ ਵਿੱਚ ਉਹਦੀ ਬੜੀ ਵਿਸਥਾਰ ਪੂਰਵਕ ਭਾਈ ਸਾਹਿਬ ਨੇ ਵਿਆਖਿਆ ਕੀਤੀ ਹੈ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਸਾਨੂੰ ਕੀ ਕਰਨਾ ਚਾਹੀਦਾ ਅਤੇ ਉਸ ਤੋਂ ਉਪਰੰਤ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਬਾਕੀ ਦੇ ਸੰਸਕਾਰ ਜਨਮ ਸੰਸਕਾਰ ਅੰਮ੍ਰਿਤ ਸੰਸਕਾਰ ਅਤੇ ਆਨੰਦ ਸੰਸਕਾਰ ਇਹਦੇ ਉੱਤੇ ਜਿੱਦਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਭਾਈ ਸਾਹਿਬ ਜੀ ਆਪ ਜੀ ਨੂੰ ਦੱਸਣਗੇ ਅਤੇ ਅੱਜ ਆਪਾਂ ਜਨਮ ਸੰਸਕਾਰ ਉਹਦੇ ਵਾਸਤੇ ਗੁਰਮਤਿ ਦੀ ਰੋਸ਼ਨੀ ਅਨੁਸਾਰ ਸਿਰ ਸੱਚੇ ਪਾਤਸ਼ਾਹ ਬਾਣੀ ਵਿੱਚ ਕੀ ਫਰਮਾਉਂਦੇ ਨੇ ਅਤੇ ਗੁਰਮਤ ਮਰਿਆਦਾ ਕੀ ਕਹਿੰਦੀ ਹੈ ਸ਼ੁਰੂ ਇੱਥੋਂ ਕਰਦੇ ਹਾਂ ਕਿ ਜਨਮ ਹੁੰਦਾ ਹੈ ਬੱਚੇ ਦਾ ਇਸ ਦੁਨੀਆਂ ਦੇ ਉੱਤੇ ਹਰ ਇੱਕ ਨੇ ਆਉਣਾ ਹੈ ਜਾਣਾ ਹੈ ਅਤੇ ਸਭ ਤੋਂ ਪਹਿਲਾਂ ਸੋਚਣ ਵਾਲੀ ਇਹ ਗੱਲ ਹੈ ਕਿ ਇਹ ਜਨਮ ਲੈ ਕੇ ਕਰਨ ਕੀ ਆਇਆ ਇਸ ਸੰਸਾਰ ਉੱਤੇ ਜਿਹੜਾ ਵੀ ਜੀਅ ਉਪਜਿਆ ਹੈ ਆਪਾਂ ਆਪਣੀ ਗੱਲ ਕਰਦੇ ਹਾਂ ਮਨੁੱਖਾ ਜੰਮਿਆ ਦੀ ਕੀ ਕਰਨ ਆਇਆ ਹੈ ਕਰ ਕੀ ਰਿਹਾ ਹੈ ਅਤੇ ਕਿੱਥੇ ਜਾ ਕੇ ਗੱਲ ਮੁੱਕਣੀ ਹੈ ਮੌਤ ਤੋਂ ਬਾਅਦ ਉਹ ਰੂਹ ਜੋ ਆਪਣਾ ਹਿਸਾਬ ਕਿਤਾਬ ਲੇਖਾ ਜੋਖਾ ਕਰਕੇ ਆਉਂਦੀ ਹੈ ਉਹ ਕਿੱਦਾਂ ਇਹ ਮਨੁੱਖਾ ਜਨਮ ਦੇ ਵਿੱਚ ਜਨਮ ਲੈਂਦੀ ਹੈ ਕਿਉਂਕਿ ਸਾਹਿਬ ਜੀ ਕਹਿੰਦੇ ਨੇ ਮਨੁੱਖਾ ਜਨਮ ਹੀ ਇਹੋ ਜਿਹਾ ਹੈ ਕਿ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ ਇਹ ਬਾਰ ਬਾਰ ਨਹੀਂ ਮਿਲਣਾ ਇਹ ਦੁਲੰਭ ਹੈ ਪਰ ਇਹਦੇ ਵਿੱਚ ਆ ਕੇ ਕੀ ਅਸੀਂ ਕਮਾਉਣਾ ਹੈ ਵਿਸ਼ੇਸ਼ ਤੌਰ ਦੇ ਉੱਤੇ ਬਾਕੀ ਜਨਮਾਂ ਤੋਂ ਕਿ ਸਾਡੀ ਇਹ ਆਖਰੀ ਵਾਰ ਹੋਵੇ ਸ਼ੁਰੂ ਕਰਦੇ ਹਾਂ ਭਾਈ ਸਾਹਿਬ ਜੀ ਜਨਮ ਪਹਿਲਾਂ ਥੋੜ੍ਹਾ ਜਿਹਾ ਸਾਨੂੰ ਦੱਸੋ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹਦੀ ਰੂਹ ਧਰਮਰਾਜ ਜਾਂ ਜੋ ਵੀ ਹਿਸਾਬ ਕਿਤਾਬ ਹੁੰਦਾ ਹੈ ਜੋ ਰੂਹ ਉਹਦੀ ਭਟਕਦੀ ਹੈ ਉਹ ਕਿਸ ਤਰ੍ਹਾਂ ਪਰਟੀਕੁਲਰ ਮਾਂ ਬਾਪ ਦੇ ਘਰ ਆਉਂਦੀ ਹੈ ਡਾਕਟਰ ਸਾਹਿਬ ਇਹ ਬੜਾ ਔਖਾ ਸਵਾਲ ਹੈ ਪਰ ਬਹੁਤ ਸਾਰੇ ਵੱਖਰੇ ਵੱਖਰੇ ਵਿਸ਼ਵਾਸਾਂ ਨੇ ਇਹਦੇ ਬਾਰੇ ਗੱਲ ਕੀਤੀ ਹੈ ਜੀ ਜਿਹੜਾ ਭਾਰਤੀ ਸੰਸਕ੍ਰਿਤੀ ਦਾ ਵੈਦਿਕ ਗਿਆਨ ਹੈ ਹਾਂਜੀ ਵੇਦਾਂ ਦਾ ਜਿਹੜਾ ਗਿਆਨ ਹੈ ਜਿਹਨੂੰ ਅਸੀਂ ਵੈਦਿਕ ਗਿਆਨ ਕਹਿੰਦੇ ਹਾਂ ਉਹ ਕਿਸੇ ਖਾਸ ਧਰਮ ਦੇ ਨਾਲ ਤੱਕ ਸੀਮਿਤ ਨਹੀਂ ਹੈ ਠੀਕ ਹੈ ਉਹ ਸਾਡੀ ਜਿਹੜੀ ਭਾਰਤੀ ਪ੍ਰਾਣੀ ਪਰੰਪਰਾਗਤਮਕ ਇੱਕ ਸਿੱਖਿਆ ਜਿਹੜੀ ਹਜ਼ਾਰਾਂ ਸਾਲ ਤੋਂ ਚੱਲਦੀ ਆਉਂਦੀ ਹੈ ਉਹਦੇ ਮੁਤਾਬਕ ਇਹ ਹੈ ਵੀ ਰੂਹ ਹੈ ਜਿਹੜੀ ਉਹ ਆਪਣੇ ਮਾਂ ਬਾਪ ਦੀ ਨੂੰ ਚੂਜ਼ ਕਰਦੀ ਹੈ ਦੀ ਸਿਲੈਕਸ਼ਨ ਕਰਦੀ ਹੈ ਆਪਣੇ ਕਰਮਾਂ ਅਨੁਸਾਰ ਅੱਜ ਮੈਡੀਕਲ ਸਾਇੰਸ ਨੇ ਇਹਦੇ ਬਾਰੇ ਕਾਫੀ ਕੰਮ ਕੀਤਾ ਹੈ ਅਸੀਂ ਸਿਰਫ ਹਵਾਲੇ ਮਾਤਰ ਹੀ ਗੱਲ ਡਾਕਟਰ ਸਾਹਿਬ ਕਰ ਸਕਾਂਗੇ ਇਹਨੂੰ ਬਹੁਤਾ ਡਿਟੇਲ 'ਚ ਨਹੀਂ ਕਰ ਸਕਾਂਗੇ ਮੈਡੀਕਲ ਸਾਇੰਸ ਨੇ ਜਿਹੜਾ ਇਹਦੇ ਉੱਤੇ ਰਿਸਰਚ ਕੀਤੀ ਹੈ ਮਨੁੱਖ ਉਹਨਾਂ ਨੇ ਇਹਦਾ ਜਿਹੜਾ ਆਧਾਰ ਬਣਾਇਆ ਇਹਦੀ ਰਿਸਰਚ ਦਾ ਜਿਹੜੇ ਲੋਕ ਮਾਨਸਿਕ ਰੋਗੀ ਨੇ ਜਿਨ੍ਹਾਂ ਨੂੰ ਕਿਸੇ ਕਿਸਮ ਦਾ ਫੋਬੀਆ ਹੈ ਜਾਂ ਜਿਹੜੇ
अजीब तरह दियाँ हरकतां करते हैं उन्होंने बहुत डीप हिप्नोटाइज स्टेज दे विच ले जा के उन्हों का फोबिया बाहर कढ़न वेले जो उन्होंने गलां बातां कीतियां तो वो जिहड़े लोग सन जिहड़े स्पैशलिस्ट सन उन्होंने महसूस किया कि ये तो पिछली जन्म दियाँ गलां करते हैं कई जन्मां दियाँ पुरानियां गलां करते हैं। उस तो बाद उन्होंने काफ़ी सारी ये उत्ते इस आधार के उत्ते काफ़ी सारी रिसर्च हुई। वर्ल्ड दे विच इस वेले चार मुख डॉक्टर्स ने जिहड़े नीयर डैथ ते आफ्टर डैथ एक्सपीरियंसिस के उत्ते खोज करते हैं जी। उन्होंने जिहड़ी थ्यूरी है मैं ब्रीफली उसका जिक्र कर लाँ उन्होंने थ्यूरी है कि जो बंदा मरता है मरण तो बाद कुछ सैकेंड तो लैके वध तो वध 3 मिनट तक उन्होंने सोच है जी 10 मिनट तक वो जी रूह है वह शरीर के दुआले आले दुआले रही है अपने शरीर को छड़ना नहीं चाहती ज अपने शरीर के नाल उसका मोह है तो उस 10 मिनट के जिंदगी दे विच जो कुछ उन्हें किया है वो एक फिल्म की तरह वो सामने उस स्क्रीन पर लंघ जाता है उस टाइम के सारा कुछ ही और स्टेज है जिस स्टेज के उस जन्म से आने तो पहले का भी ज्ञान होंगे तो वह जो जन्म उन्हें जीव्या वो की कुछ किया भी ज्ञान होंगे तो उस वेले वो रूह है जी अपने तौर पर यह फैसला करती है वेखती है कि वह मैं तो जन्म लैन तो पहला एक जिंदगी का निशाना मिथ के गया भी आ कुछ करना इस जिंदगी दे विच उन्होंने उदाहरण दिती है सानू आसानी ना समझण वास्ते भी जे किसी का बैंक का लख पाउंड का ओवरड्राफ्ट है तो रूह यह फैसला करके आती है कि सारा इस जन्म में तो लेना नहीं इस जन्म के मैं 50,000 पे करके आऊँगा अपनी जी करमां का अकाउंट है जी। तो उस स्टेज पर मरण तो बाद वेखता जो उस रूह में यह पता हों कि मैं वायदा किया मैं जिंदगी किया की है तो वह वेखता है कि मैं तो 1,00,000 पाउंड का ओवरड्राफ्ट घटा गया से तो 1,00,000 का 2,00,000 हो गया फिर वो रूह अपने आप फैसला करती है कि मैं हुण अगले जन्म के 2,00,000 के 1,50,000 का ओवरड्राफ्ट घटा के आना है वापस फिर उन्होंने 50,000 से लैके आना और उस मकसद की पूर्ति वास्ते वो जी रूह है वह फिर वो परिवार चूज करती है किस परिवार के जन्म लैन तो बाद मेरा जो मकसद है ये पूरा हो सकता है। कई बार आम तौर पर वेखन चाहता है भी साढ़े जेडे गुरबाणी भी गल करती है पूर्व जन्म के मिले संजोगी भी वो जेडे पुराने संबंध बने होंगे उन्होंने इन रूहों का आपस के संबंध होंगे ये साइंस ने मैडिकल साइंस ने तो जोड़ा सा वैदिक ज्ञान आ उन्होंने ये किया है कि रूह जी है वह अपनी जिंदगी का निशाना नीयत करन तो बाद उस निशाने की पूर्ति वास्ते अपने माँ बाप से अपने परिवार की चोण करती है ताकि उस जगह पर जाके फिर वह जरा अपना अकाउंट है करमा का वो क्लीयर करने का यतन कर सके और गुरबाणी ने यह जो बार बार किया भी तेन याद नहीं तू की प्रोमिस करके आया सी अपने आप के नाल तेन चेता भुल गया प्राणी तू आयो लाहा लैन लगा कित को फकड़े सब मुकदी चली रैन रैन मीनस जोड़ी जिंदगी की रात है हनेरी बेकारा के मैल च फस के वो तो मुक चली तेन याद नहीं कि तू तो लाहा लैन आया सी प्रॉफिट कमाउन वास्ते आया सी इत्थे गुरमुख लाहा लै गए मनमुख चले मूल गवाए जियो गुरबाणी ने एक रहस्य दे विच ये गल्लां कीती है। गुरु साहब का जो सिद्धांत है वह है कि जे कोई जीव ये चाहे जां ये दावा करे कि मैनू पता कुदरत का नियम किवें चलता है फिर वह जाने जेतियां मूँह खाए जे को आखण आखण पाए वह जाने जेतियां मूँह खाए फिर उन्होंने महसूस होंदा कि नहीं मैं तो बहुत गलत कह दिता है कुदरत का जिहड़ा कानून है कुदरत का जिहड़ा असूल है वह तो मेरी समझ तो बहुत वड्डा है। गुरु ने वह सारा कुछ गुप्त रखिया है और इस करके ही साढ़े मौत के नाल जिहड़े संबंधित शब्द गुरबाणी ने वार वार वरते चित्रगुप्त धर्मराज वो जो चित्रगुप्त है कईयों ने तो कहता ना चित्र ते गुप्त दो हस्तियां ने जिहड़े बंदे दे मोढ़ियां ते बैठ के उहदे कर्मां नूं वेखदे आ। चित्रगुप्त एक ऐसी हस्ती है गुरबाणी ने जिहदी व्याख्या कीती है जिहड़ा दिखाई नहीं दिंदा जिहदे बारे सानूं कोई ज्ञान नहीं पर उह साडे कीते होए सारे कम्मां नूं बचदा है बहुत नेड़े होगी तो धर्मराज एक ऐसी स्टेज है जिहड़ी साडे चित्रगुप्त राही तैयार किए लेखे के आधार के उत्ते साडा फैसला करती है। जिहड़े अजकल दे पढ़े हुए बच्चे ने हाँ जी उन्हां वास्ते मैनूं चेते आ गई प्रोफेसर शेर सिंह की किताब हाँ उन्होंने जो लिखिया सी उन्होंने जिहड़े बच्चे
ਇੱਥੇ ਦੇ ਪੜ੍ਹੇ ਲਿਖੇ ਨੇ ਸਾਇੰਟੀਫਿਕਲ ਤੌਰ ਦੇ ਉੱਤੇ ਹਾਂਜੀ ਆਤਮਾ ਦੀ ਵਿਆਖਿਆ ਕੀਤੀ ਕਿ ਆਤਮਾ ਸੋਰਸ ਆਫ ਐਨਰਜੀ ਹੈ ਬਹੁਤ ਫਾਈਨ ਫਾਈਨ ਮਾਨਿਊਟ ਵੇਵਸ ਨੇ ਜਿੱਦਾਂ ਮਾਈਕਰੋਵੇਵ ਹੁੰਦਾ ਅਤੇ ਇਹ ਜਿਹੜੇ ਆਪਣਾ ਦੇਖਦੇ ਨੇ ਲੌਂਗ ਵੇਵ ਸ਼ੋਰਟ ਵੇਵ ਮਾਈਕਰੋਵੇਵ ਹੁੰਦਾ ਹੈ ਲੌਂਗ ਵੇਵ ਉਹਨੇ ਟਰੈਵਲ ਨਹੀਂ ਕਰ ਸਕਦੀ ਸ਼ੋਰਟ ਵੇਵ ਬੜਾ ਦੂਰ ਦੂਰ ਤੱਕ ਜਾਂਦੀ ਹੈ ਅਤੇ ਜਿੰਨੀਆਂ ਸ਼ੋਰਟ ਵੇਵ ਹੋਣ ਉੰਨੀ ਐਨਰਜੀ ਜ਼ਿਆਦਾ ਕੈਰੀ ਕਰਦੀ ਹੈ ਉਹ ਕਹਿੰਦਾ ਵੀ ਇਹਦੇ ਵਿੱਚ ਜਿਹੜੇ ਆ ਪਿਛਲੇ ਜਨਮਾਂ ਦੇ ਹੁੰਦੇ ਨਕਸ਼ਾ ਤੁਹਾਡਾ ਤਾਂ ਇਹ ਵੇਵਸ ਦਾ ਤੁਹਾਡਾ ਤਾਂ ਸਬਜੈਕਟ ਵੀ ਹੈ ਸ਼ਾਇਦ ਸਾਡੇ ਦਰਸ਼ਕਾਂ ਨੂੰ ਨਹੀਂ ਪਤਾ ਇਸ ਗੱਲ ਦਾ ਡਾਕਟਰ ਸਾਹਿਬ ਨੇ ਇਸ ਵਿਸ਼ੇ ਦੇ ਉੱਤੇ ਬਹੁਤ ਸਮਾਂ ਪਹਿਲਾਂ ਪੀ ਐੱਚ ਡੀ ਕੀਤੀ ਹੋਈ ਹੈ ਇਹ ਮੈਡੀਕਲ ਡਾਕਟਰ ਨਹੀਂ ਹੈਗੇ ਨਾ ਝੋਲੇ 'ਚ ਦਵਾਈਆਂ ਪਾ ਕੇ ਵੇਚਣ ਵਾਲੇ ਡਾਕਟਰ ਹੈ ਇਹ ਦਰਅਸਲ ਇਹਦੇ ਵਿੱਚ ਇਸ ਸਬਜੈਕਟ ਦੇ ਵਿੱਚ ਇਹਨਾਂ ਨੇ ਪੀ ਐੱਚ ਡੀ ਕੀਤੀ ਹੋਈ ਹੈ ਅਤੇ ਇਸ ਇਹ ਵੇਵਸ ਦੇ ਸੰਬੰਧ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਨਹੀਂ ਕੋਈ ਨਹੀਂ ਪੁਰਾਣੀ ਬੇਸ਼ੱਕ ਹੋਏ ਹਾਂਜੀ ਇਹ ਕਿਉਂਕਿ ਉਹ ਜਿੰਨੀਆਂ ਸ਼ੋਰਟ ਹੋਣ ਜਿੰਨੀਆਂ ਉਨੀ ਉਹ ਐਨਰਜੀ ਜ਼ਿਆਦਾ ਕੈਰੀ ਕਰਦੀ ਉਹ ਕਹਿੰਦਾ ਜਿਹੜੇ ਪਿਛਲੇ ਜਨਮਾਂ ਦੇ ਹੁੰਦੇ ਤੁਹਾਡੇ ਹਾਂਜੀ ਉਹ ਮਾਈਕਰੋਵੇਵ ਉਹ ਜਿਹੜੀ ਐਨਰਜੀ ਦਾ ਸਮੂਹ ਹੁੰਦਾ ਉਹਦੇ ਵਿੱਚ ਕੈਰੀ ਕਰਦਾ ਅਤੇ ਉਹ ਦੇਖਦਾ ਕਿ ਜਿੱਦਾਂ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਕਿ ਰੇਡੀਓ ਸੈੱਟ ਕਦ ਕਿੱਥੇ ਟਿਊਨ ਕੀਤਾ ਟਿਊਨ ਕਰੋਗੇ ਤਾਂ ਇੰਡੀਆ ਜਾਂਦਾ ਟਿਊਨ ਕਰੋ ਸਟੇਸ਼ਨ ਦੇ ਨਾਲ ਕਿਸ ਸਟੇਸ਼ਨ ਦੇ ਨਾਲ ਉਹ ਫਿਰ ਰੂਹ ਜਿਹੜੀ ਉਹ ਦੇਖਦੀ ਹੈ ਕਿ ਕਿਹੜਾ ਮਾਤਾ ਪਿਤਾ ਮੇਰੇ ਸੰਬੰਧ ਨਾਲ ਟਿਊਨ ਆ ਉੱਥੇ ਫਿਰ ਉਸ ਹਿਸਾਬ ਨਾਲ ਉੱਥੇ ਜਨਮ ਲੈਂਦਾ ਅਤੇ ਗੁਰਬਾਣੀ ਤੁਸੀਂ ਸਿੱਧ ਕਰ ਦਿੱਤੀ ਹੈ ਕਿ ਗੁਰਬਾਣੀ ਜਦੋਂ ਗੁਰਬਾਣੀ ਕਹਿੰਦੀ ਨਾ ਵੀ ਪੂਰਬ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨਾ ਸਹਾਈ ਅਤੇ ਜਿਹੜੇ ਸੰਯੋਗ ਬਣੇ ਹੋਏ ਆ ਪਿਛਲੇ ਜਨਮਾਂ ਤੋਂ ਪਿਛਲੇ ਸਾਡੇ ਆਪਸੀ ਸੰਬੰਧ ਨੇ ਜਿਹੜੇ ਉਹੋ ਜਿਹੇ ਸਿਸਟਮ ਦੇ ਨਾਲ ਬਣੇ ਹੋਏ ਆ ਪਰ ਰੂਹ ਨੂੰ ਆਪਣਾ ਜਿਹੜਾ ਲੇਖਾ ਹੈ ਉਹ ਆਪ ਦੇਣਾ ਪੈਣਾ ਉਹ ਜਿਹੜੇ ਸੰਯੋਗੀ ਹੈ ਉਹ ਸਾਥੀ ਨੇ ਇੱਕ ਦੂਜੇ ਦੇ ਗੁਰਬਾਣੀ ਨੇ ਗੁਰੂ ਸਾਹਿਬ ਨੇ ਉਹ ਜਿਹੜੇ ਸੰਗੀ ਨੇ ਜਿਹੜੇ ਸੰਯੋਗੀ ਨੇ ਜਿਹੜੇ ਉਹਨਾਂ ਨੂੰ ਸਾਧ ਸੰਗਤ ਦੇ ਰੂਪ ਦੇ ਵਿੱਚ ਇੱਥੇ ਕੀਤਾ ਹੈ ਜਦੋਂ ਅਸੀਂ ਕਹਿੰਦੇ ਹਾਂ ਨਾ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸਵਾ ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਉਹ ਕਿਹੜੀ ਧਰਮਸ਼ਾਲ ਹੈ ਘਰ ਘਰ ਦੇ ਵਿੱਚ ਕੀ ਅਸੀਂ ਘਰ ਘਰ ਦੇ ਵਿੱਚ ਗੁਰਦੁਆਰੇ ਖੋਲ੍ਹ ਲਈਏ ਨਾ ਹਰ ਘਰ ਦੇ ਵਿੱਚ ਜਿੰਨੇ ਸਹਿਯੋਗੀ ਬੈਠੇ ਜਿੰਨੇ ਪਰਿਵਾਰ ਦੇ ਮੈਂਬਰ ਬੈਠੇ ਆ ਜਿੰਨੇ ਆਪਸੀ ਸੰਬੰਧੀ ਬੈਠੇ ਆ ਉਹਨਾਂ ਦਾ ਆਪਸ ਦੇ ਵਿੱਚ ਜ਼ਿੰਦਗੀ ਜਿਉਣਾ ਹੀ ਸਤਸੰਗ ਬਣ ਜਾਏ ਉਹਨਾਂ ਦਾ ਜਿਹੜਾ ਮਤਲਬ ਬੋਲਚਾਲ ਦੇ ਵਿੱਚੋਂ ਉਹਨਾਂ ਦਾ ਨਿਤਨੇਮ ਕਰਨ ਦੇ ਵਿੱਚੋਂ ਘਰ ਦੇ ਕੰਮ ਕਾਰ ਕਰਨ ਦੇ ਵਿੱਚੋਂ ਹਰ ਕੰਮ ਦੇ ਵਿੱਚੋਂ ਉਹ ਰੱਬ ਦਾ ਜਿਹੜਾ ਝਲਕਾਰਾ ਰੱਬ ਦੀ ਯਾਦ ਆ ਜਿਹੜੀ ਉਹ ਪ੍ਰਗਟ ਹੁੰਦੀ ਹੋਵੇ ਤਾਂ ਤਾਂ ਉਹਦਾ ਫਾਇਦਾ ਹੋ ਸਕਦਾ ਹੈ ਜਦੋਂ ਗੁਰਬਾਣੀ ਕਹਿੰਦੇ ਨਾ ਵੀ ਪ੍ਰਹਲਾਦ ਜਾਣ ਕੇ 21 ਕੁਲਾਂ ਉਧਾਰੇ ਹੁਣ 21 ਕੁਲਾਂ ਦੇ ਵਿੱਚੋਂ ਤਾਂ ਉਹਦਾ ਪਿਓ ਹਰਨਾਕਸ਼ ਵੀ ਹੈ ਠੀਕ ਉਹ ਲੋਕ ਜਿਹੜੇ ਉਹਦੇ ਪ੍ਰਹਲਾਦ ਦੇ ਲੋਕ ਉਹਦੇ ਸੰਗੀ ਨੇ ਜਿਹੜੇ ਗੁਰਬਾਣੀ ਨੇ ਵਾਰ ਵਾਰ ਗੁਰਮਤ ਨੇ ਸਾਨੂੰ ਸਾਧ ਸੰਗਤ ਦੀ ਗੱਲ ਕੀਤੀ ਹੈ ਸੰਗਤ ਦੀ ਗੱਲ ਕੀਤੀ ਹੈ ਚੰਗੀ ਸੰਗਤ ਦੀ ਗੱਲ ਕੀਤੀ ਹੈ ਮਾੜੀ ਸੰਗਤ ਤੋਂ ਦੂਰ ਹੈ ਕਿ ਚੰਗੀ ਸੰਗਤ ਨਾਲ ਜੁੜਨ ਦੀ ਗੱਲ ਕੀਤੀ ਉਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਚੰਗੀ ਸੰਗਤ ਦੇ ਵਿੱਚ ਬੈਠਦੇ ਹਾਂ ਅਤੇ ਫਿਰ ਸਾਡੇ ਆਲੇ ਦੁਆਲੇ ਉਹ ਧਰਮਸ਼ਾਲ ਵਾਲਾ ਜਿਹੜਾ ਮਾਹੌਲ ਹੈ ਉਹ ਪੈਦਾ ਹੋ ਜਾਂਦਾ ਅਤੇ ਉਹ ਜਿਹੜੀ ਧਰਮਸ਼ਾਲ ਹੈ ਉਹਦੇ ਵਿੱਚ ਹੀ ਮਨੁੱਖ ਨੇ ਆਪਣੇ ਕਰਮ ਕਮਾਉਣ ਵਾਸਤੇ ਇਸ ਸੰਸਾਰ 'ਤੇ ਜਨਮ ਲੈਣਾ ਹੁੰਦਾ ਅਤੇ ਇਹਦੇ ਵਿੱਚ ਜੇ ਮੈਂ ਐਡ ਕਰ ਦੇਵਾਂ ਕਿ ਇਹ ਵੀ ਇੱਕ ਸਵਾਲ ਸੀ ਕਿ ਇਹ ਜੋ ਲੇਖਾ ਜੋਖਾ ਇਹਦਾ ਕੋਈ ਵੇ ਆਊਟ ਹੈ ਫਰਜ਼ ਕਰੋ ਇਸ ਮਨੁੱਖਾਂ ਦੇ ਵਿੱਚ ਜਨਮ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਕਿੰਨੇ ਅਸੀਂ ਪਾਪ ਕੀਤੇ ਕਿੰਨੇ ਪੁੰਨ ਕੀਤੇ ਕਿੱਦਾਂ ਉਹ ਪਤਾ ਲੱਗੇ ਅਤੇ ਇਹਦੀ ਉਦਾਹਰਣ ਜੇ ਭਾਈ ਗੁਰਦਾਸ ਜੀ ਤੋਂ ਪੁੱਛੀਏ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗੱਲ ਹਾਰ ਪਰੋਤਾ ਸਾਰੀ ਉਮਰ ਪਾਪ ਕਰਦੀ ਰਹੀ ਪਰ ਉਹਨੂੰ ਸੰਗਤ ਮਿਲ ਗਈ ਜਿਹੜੀ ਸੰਗਤ ਦੀ ਭਾਈ ਸਾਹਿਬ ਗੱਲ ਕਰਦੇ ਨੇ ਉਹਨੂੰ ਸੰਗਤ ਮਿਲ ਗਈ ਅਤੇ ਅਖੀਰ ਦੇ ਵਿੱਚ ਗਈ ਬੈਕੁੰਠ ਵਿਪਾਨ ਚੜ ਸੰਗਤ ਦਾ ਫਲ ਇਹ ਹੈ ਕਿ ਸੰਗਤ ਕੀਤੀ ਨਹੀਂ ਡਾਕਟਰ ਸਾਹਿਬ ਕੱਲੀ ਸੰਗਤ ਦੇ ਨਾਲ ਸੰਗਤ ਮਿਲਣ ਦੇ ਨਾਲ ਨਹੀਂ ਗੱਲ ਬਣੀ ਸੰਗਤ ਕਰਨ ਤੋਂ ਬਾਅਦ ਉਹ ਜੋ ਕਰਨਾ ਚਾਹੀਦਾ ਸੀ ਮਤਲਬ ਜੀਵਨ ਦੇ ਵਿੱਚ ਉਹਨੇ ਉਹ ਕਰਨਾ ਸ਼ੁਰੂ ਕਰ ਉਹ ਜਿਹੜੀ ਆਤਮਾ ਸੁੱਤੀ ਪਈ ਸੀ ਉਹ ਜਿਹੜੀ ਉਹਨੇ ਪਾਪਾਂ ਵਿੱਚ ਪਰੋਤੀ ਹੋਈ ਸੀ ਉਹਦੇ ਜੀਵਨ ਜਿਹੜਾ ਸੀ ਉਹਨੂੰ ਉਹਨੇ ਖਤਮ ਕਰ ਦਿੱਤਾ ਔਰ ਉਹਨੇ ਉਹ ਗੁਰਮਤ ਵਾਲਾ ਇੱਕ ਧਰਮੀ ਜੀਵਨ ਜਿਹੜਾ ਸੀ ਉਹ ਅਪਣਾ ਲਿਆ ਅਤੇ ਉਹ ਰੱਬ ਦੀ ਯਾਦ ਵਿੱਚ ਜੁੜ ਗਈ ਇਸ ਕਰਕੇ ਇੰਨੇ ਪਾਪ ਕਰਨ ਦੇ ਬਾਵਜੂਦ ਵੀ ਫਿਰ ਉਹ ਜਿਹੜੀ ਭਾਈ ਗੁਰਦਾਸ ਜੀ ਗੱਲ ਕਹਿੰਦੇ ਨੇ ਬਵਾਨ ਚੜ੍ਹ ਕੇ ਫਿਰ ਬੈਕੁੰਠ ਨੂੰ ਜਾਂਦੀ ਹੈ ਫਿਰ ਉਹ ਅਤੇ ਉਹ ਦੇਵਤੇ ਵੀ ਉਹਨੂੰ ਉਹਦੇ ਲਈ ਹਾਰ ਲੈ ਕੇ ਇਹ ਸਾਰੀਆਂ ਗੱਲਾਂ ਸਿੰਬੋਲਿਕ ਨੇ ਇਹਦਾ ਕੋਈ ਇਹ ਨਾ ਮਤਲਬ ਕੱਢ ਲੈ ਅਤੇ ਉਹ ਪਾਲਕੀ ਲੈ ਕੇ ਆਉਣਾ ਸਾਡੇ ਵਾਸਤੇ ਕਿਸੇ ਨੇ ਅਤੇ ਉਹਦੇ 'ਤੇ ਚੜ੍ਹ ਕੇ ਜਾਣਾ ਨਾ ਇਹ ਸਿਰਫ ਇਸ਼ਾਰੇ ਮਾਤਰ ਗੱਲਾਂ ਕੀਤੀਆਂ ਸਾਨੂੰ ਸਮਝਾਉਣ ਵਾਸਤੇ ਅਤੇ ਭਾਈ ਸਾਹਿਬ ਜੀ ਹੁਣ ਆਪਾਂ ਸਬਜੈਕਟ ਜਿਹੜਾ ਹੈ ਉਹਦੇ ਉੱਤੇ ਦੁਬਾਰਾ ਆਈਏ ਹਾਂਜੀ ਜਨਮ ਸੰਸਕਾਰ 'ਤੇ ਗੱਲ ਕਰਨੀ ਹੈ ਅਤੇ ਸਭ ਤੋਂ ਪਹਿਲਾਂ ਸਾਨੂੰ ਦੱਸੋ ਬਰੀਫਲੀ ਟੂ ਦਾ ਪੁਆਇੰਟ ਜਨਮ ਹੈ ਕੀ
जन्म की परिभाषा की है? शायद सानू इदा लगता हो घर दे विच बच्चा जन्म हो जाता तो जन्म हो गया। दरअसल गुरमुख फिलोसफी ये कहती है एक रूह का इस संसार दे विच आ के वो धर्म कमाउण वास्ते उन्हें एक शरीर चाहिए। कबीर साहब जो कहते ना इस देही को सिमरन देव सो देही पज हर की सेव, वो इस पासे वाल इशारा है कि वो जड़ियाँ उच्चियाँ आत्मावां वाले देवी देवते मने जाते सी ना, क्योंकि उन्हें कोई शरीर नहीं है, वो भी इस शरीर वास्ते तरसते हैं क्योंकि जो कोई कम करना है कोई कर्म करने हैं तो वो वास्ते शरीर चाहिए। रूहां नूं इस संसार दे उत्ते आ के रूह की एक रूह की गल करिए सौखा समझना, रूह नूं इस संसार दे उत्ते आ के धर्मशाल दे विच दाखला लैके धर्मी वाला जीवन जीव के वो जिहड़ी जन्म जन्म की इस मन को मल लागी काला हुआ स्याह वाली जिहड़ी मैल आ उहनूं धोण वास्ते एक शरीर चाहिए है। तो जन्म है उस रूह का एक शरीर राही इस संसार दे विच आगमन होना, इस संसार दे विच आउणा। और ये सारा कुछ जिहड़ा है जम्मण मरना हुक्म है भाणे आवे जाए, दसी मासी हुक्म बालक जन्म लिया हुक्म हुक्म दे मम्मे नू सियारी आ हुक्म राही, दस महीने बाद अकाल पुरख दे हुक्म राही बच्चे ने इस संसार दे विच जन्म लिया। अज मैडिकल साइंस दे विच आपां मतलब इस देश दे विच रहिंदे आ हर एक नू हर गल दा पता है जदों मेल ते फीमेल दा शरीरक संबंध बनता है ते मेल दे जिहड़े शुक्राणु है वह मिलियनस दे विच है मैडिकल साइंस कहिंदे आ वो सारे दे सारे उन्ना चिर वेस्ट हुंदे रहिंदे आ जदों तक तक उहनू राइट मोमेंट दे उत्ते मादा दे विचों जिहड़ा संजोग होना वह नहीं हुंदा तां जदों तक वह जिहड़े सैल है फर्टाइल नहीं हुंदे कंसीव नहीं होंगे उदों तक सारा कुछ होंदा रहिंदा। जदों अकाल पुरख का हुक्म होंदा है उहदी रज़ा दे विच एक ऐसी मौके दे उत्ते जिहड़ा मतलब सैल्स आपस दे विच मेल ते फीमेल दे सैल्स आपस विच जुड़दे ने ते उहदे विचों उहनां दी जिहड़ी हैगी आ जीवन जिहड़ा वह प्रगट हो जाता है। हुण मैनूं सवाल पुछिआ भई किसे ने भई सिख धर्म के मुताबिक माँ के गर्भ दे विच जिहड़ा बच्चा है उहदे विच जान आ गई कदों तों समझी जांदी है? बहुत औखा सवाल है जी, क्योंकि जिहड़े साडे सैल्स ने चाहे स्पर्म दे ने चाहे एग दे ने वह भी जीउंदे ने, जे उह जीउंदे ना होण ते फर्टाइल नहीं कर सकते। हुण इहदे बारे गुरमत ने मेरे ध्यान दे विच कोई सीधा फैसला नहीं है कि कदों नूं उहनूं जन्म समझिआ वी कदों तों दा जन्म लिया जाए। असीं जन्म उह समझदे हां कि जदों उहदा सचमुच ही माँ दे गर्भ दे विचों बाहर आ के उहदा जन्म हो जांदा है, पर कुदरत दा केड़ा सिस्टम है उहदे बारे सानू नहीं पता। हुण जदों उह एक माँ दे गर्भ दे विच पिता दा जिहड़ा सैल्स ने उहनां दे राहीं उहदा प्रोग्रेशन होनी शुरू हुंदी आ उहदी जिहड़ी प्रगति होनी शुरू डिवेलपमेंट होनी शुरू हुंदी है, उस तों बाद उह फिर जिहड़ा उह एक गुरबाणी इह कहिंदी है वी उस स्टेज ते उहदी जिहड़ी ध्यान है उस जीव दा ਉਹ ਆਪਣੇ ਪਿਛਲੇ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ। ਪਿਛਲਾ ਕੀ ਹੈ ਵੀ ਜਦੋਂ ਉਹਨੇ ਜਨਮ ਲੈਣ ਤੋਂ ਪਹਿਲਾਂ ਜਿਹੜਾ ਫੈਸਲਾ ਕੀਤਾ ਸੀ ਨਾ ਮਰਨ ਤੋਂ ਬਾਅਦ ਵੀ ਮੇਰਾ ਆਹ ਚਾਰਟਡ ਚਾਰਟ ਆ ਮੇਰਾ ਮੈਨੀਫੈਸਟੋ ਜਿਹੜਾ ਹੈ ਨਾ ਜ਼ਿੰਦਗੀ ਜੀਉਣ ਦਾ ਉਹ ਆਇਆ ਉਹਦੇ ਨਾਲ ਉਹਦਾ ਧਿਆਨ ਜਿਹੜਾ ਹੈ ਉਹ ਜੁੜਿਆ ਹੋਇਆ ਹੁੰਦਾ ਹੈ। ਜੇ ਇਹਨੂੰ ਜ਼ਿਆਦਾ ਡਾਕਟਰ ਸਾਹਿਬ ਧਿਆਨ ਨਾਲ ਸੋਚ ਸਮਝਣਾ ਹੋਵੇ ਨਾ ਮੇਰੀ ਆਪਣੇ ਦਰਸ਼ਕਾਂ ਨੂੰ ਇਹ ਬੇਨਤੀ ਹੈ ਤੁਸੀਂ ਸਾਰੇ ਹੀ ਬਾਣੀ ਪੜ੍ਹਨ ਵਾਲੇ ਹੋ ਬਹੁਤ ਸਾਰੇ ਤੁਹਾਡੇ ਵਿੱਚੋਂ ਸ੍ਰੀ ਰਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 74 ਤੇ ਇੱਕ ਬਾਣੀ ਹੈ ਜੀ ਪੈਰੇ ਉਹਦੇ ਵਿੱਚ ਦੋ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇ, ਇੱਕ ਗੁਰੂ ਰਾਮਦਾਸ ਜੀ ਦਾ ਤੇ ਇੱਕ ਗੁਰੂ ਅਰਜਨ ਦੇਵ ਜੀ ਦਾ। ਉਹਦਾ ਤੁਸੀਂ ਧਿਆਨ ਨਾਲ ਉਹਦੀ ਵਿਚਾਰ ਕਰਿਓ ਉਹਨਾਂ ਦੀ, ਉਹਦੇ ਵਿੱਚੋਂ ਜਿਹੜੀਆਂ ਸਾਡੀਆਂ ਜ਼ਿੰਦਗੀ ਦੀਆਂ ਸਟੇਜਸ ਹੈ ਉਹ ਡਿਵੈਲਪ ਹੋਣਗੀਆਂ। ਅਸੀਂ ਆਪਣੇ ਇਸ ਸਮੇਂ ਦੇ ਵਿੱਚ ਉਹਨੂੰ ਬਹੁਤ ਡੀਟੇਲ ਦੇ ਵਿੱਚ ਗੱਲ ਨਹੀਂ ਕਰ ਸਕਦੇ, ਜਿਵੇਂ ਉਹਦਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਉਹਦੇ ਵਿੱਚ ਆ ਪਹਿਲੇ ਪਹਿਰੇ ਰਹਿਣ ਕੇ ਬਨਜਾਰਿਆ ਮਿੱਤਰਾ ਹੁਕਮ ਪਾਇਆ ਗਰਬਾਸ, ਫਿਰ ਹੁਕਮ ਦੇ ਮਾਮੇ ਨੂੰ ਫਿਰ ਸਿਹਾਰੀ ਹੈ ਇੱਥੇ ਹੁਕਮ ਰਾਹੀਂ ਜ਼ਿੰਦਗੀ ਦਾ ਜਿਹੜਾ ਪਹਿਲਾ ਪੜਾਅ ਹੈ ਜਿਹੜੀ ਪਹਿਲੀ ਸਟੇਜ ਆ ਉਹਦੇ ਵਿੱਚ ਉਹਦੇ ਹੁਕਮ ਰਾਹੀਂ ਵਾਹਿਗੁਰੂ ਦੇ ਹੁਕਮ ਰਾਹੀਂ ਉਹ ਜਿਹੜੀ ਜੀਵ ਆਤਮਾ ਹੈ ਉਹਦਾ ਮਾਂ ਦੇ ਗਰਭ ਦੇ ਵਿੱਚ ਦਾਖਲਾ ਹੋਇਆ। ਹੁਣ ਗੱਲ ਇੱਥੇ ਚੱਲਦੀ ਹੈ ਹੁਕਮ ਦੀ, ਹੁਕਮ ਦੀ, ਉਹਦੇ ਹੁਕਮ ਤੋਂ ਬਿਨਾਂ
कुछ नहीं हो सकता, वो जो कुछ करना सो कर रहा। हुण इह जिहड़ी गल गुरु रामदास जी ने जिहड़ी गल कीती इहदे विच ही अपने शब्द च, पहले पहरे रहन के बनजारिया मित्रा हर पाया उधर मंझार। हरी ने ओहदा जिहड़ा एंट्री है, ओहदा दाखला है, ओ मां दे गर्भ दे विच फिर हरी कर दे, फिर हरी हरी जी वाहिगुरु ने। फिर जो गुरु अर्जन साहब का शब्द है, पहले पहरे रहन के बनजारिया मित्रा धर पाए ता उधरे माए। माँ के पे उधर च माँ के पेट के माँ के गर्भ के जरा टका दिता, उन्होंने पा दिता कहने वाहेगुरु ने। मतलब के वाहेगुरु ने अपने हुक्म राही, हुक्म किदा जदों उन्हें रूह ने अपना फैसला कर लिया कि मैं धर्मराज ने फैसला कर दिता भी ये आ हूँ यदा अगला लाइफ जी हैगी आने प्राप्त करना। इतने गल डॉक्टर साहब होर बड़ी अजीब है, कई बार अक्सर वेखन नूं मिलता है कि जिहड़े लोग धर्मी जीवन जीउंदे है उन्हां दी जिंदगी दे विच दुख तकलीफ बड़ी आउंदी है। जी जी इह आम सवाल कीता जांदा है भई जिहड़ा देखो जी फलाना बंदा तां कदे गुरद्वारे वी नहीं गया, उह ऐश करदा है, इह विचारे सारी उम्र सारा कुछ करदे रहे, जिंदगी भी ठीक जीवी, धर्म दा काम कीता है, पर इहनां ने जिंदगी दे विच दुख तकलीफ बहुत है। दुनियादारां वांगू वेख्या इह लगदा है कि तो बेइंसाफी होगी, ये तो ठीक नहीं होया भी धर्म का काम करने वाला, धर्म के रस्ते पर चलन वाला, सिर्फ गुरुद्वारे जाने वाला ही नहीं, प्रैक्टिकली धर्म का जिंदगी जीवन वाला मनुख है जिहड़ा, वो अपनी जिंदगी में दुख भोग रहा है, तो जिहड़ा धर्म के नाल दूर का भी वास्ता नहीं है तो वो अपने हिसाब नाल आनंद लै रहा। गल सिर्फ इस जिंदगी की नहीं है, पता नहीं वो धर्म के रास्ते उत्ते चलन वाला जिहड़ा जीव है अपनी पिछली जिंदगी का कितना बड़ा डेट क्लीयर करने वास्ते इस जिंदगी दे विच कर रहा है। मैं एक गैर सिख धार्मिक विद्वान का एक विचार पढ़िया, वो लिखता है कि जिहड़े लोग अपने आप नूं पूर्ण तौर पर रब नूं समर्पण कर देंदे है ना, उन्हां दा फिर जिहड़ा अकाउंट है रब बकाया नहीं रखता, वो पे ऑफ कर देंदा है। एक गल डॉक्टर साहब गुरमत ने दो पक्ष लए ने, एक तो लिया है भी जदों एक जीव दे उत्ते गुरु की बख्शिश हो जाए तो वह जन्मां जन्मांतरां दे पाप कट्टे जाते हैं, जदों गुरु की कृपा हो जाए गुरु की शरण दे विच जीव चले जाए फिर वो रस्ते दे विच कोई रुकावट नहीं आउंदी, कोई जमराज नहीं आउंदा, कोई धर्मराज नहीं आउंदा, कोई कुछ नहीं आउंदा, वो सीधा अकाल पुरख वाहिगुरु परमात्मा दे विच लीन हो जाता है। दूजे पासे सच्चा सो साहिब सच तपावस सचड़ा न्याओं करेग मसोला, भई वो जिहड़ा वाहिगुरु है उन्हें अपना जिहड़ा उहदा इंसाफ है वह सच्चा है, तो इंसाफ दे विच कीते हुए कम्मां दा फल मिलना हर हालत दे विच लाजमी है। हुण इत्थे इस गल नूं दो तरीके नाल समझा जा सकता, एक तो यह है कि जिन्हां लोकां ने अपने आप नूं पूर्ण तौर पर समर्पण किया होया रब नूं पूर्ण तौर पर, कुछ नहीं मेरा बचिया हुण ठीक है, हुण जे जदों गल करते हैं भी जे भीख मंगावे तो क्या घट जाई, भी जे तू इदा रखना है तो इदा ही सही, फिर असं इदा ही राजी हाँ, वह फिर वाहिगुरु परमात्मा का क्योंकि वह इंसाफ सच्चा है, वह फिर सारा ही किसी ना किसी रूप के जोड़ा बैलेंस है वह बराबर कर लेंदा है। वो जिस विद्वान की धार्मिक विद्वान का मैं हवाला दे रहा वो ये कहता है कि जिन्हों लोगों ने रब न पूर्ण तौर पर अपना आप समर्पण कर दिता हों, रब उन्होंने द्वारा इस संसार के उत्ते आने वास्ते बकाया नहीं रखता कर्मा का, वह सारा क्लीयर करना, क्योंकि गुरबाणी यह कहती है दुख जन्म मर जन्म मरण दुख सोलह दे विच पढ़ते हैं दुख जन्म मरण पवखंड, हाँ दुख जन्म मरण पवखंडा है, कि जिहड़ा जिंदगी दे जमना ते मरना है ये दरअसल सौखा नहीं है जिंदगी जीवनी, ये बड़े उतार चढ़ाव होंदे है, तो इस करके कई बार सानू लगता क्योंकि असी अपनी दुनियादारा वाली बुद्ध वरतते हैं ना डॉक्टर साहब, असं कहने भी इधर किया तो इतों का फल मिल जाए हाथ सरों जम के हो जाए, पर धार्मिक संसार दे विच ते पता नहीं किन्ने जन्मां की गल हो रही है, जन्म जन्म की इस मन को मल लग गई, पता नहीं बहुत जन्म बिछड़े थे माधो ये जन्म तुम्हारे लेके, पता नहीं कदों तो साडा हिसाब किताब चलता आ रहा है। गुरमत ने सानू ये हिसाब किताब च पैण तो रोकया है, मैनू यही गल समझ आई है
गुरु साहब ने सानू आख्या कि तू हुक्म की खेड च आ जा, रजा दे विच आ जा, उहदे भाणे नू मन ला। जो किसी किस्म का कोई वध घट हो भी रहा ना तो उहदे वास्ते हथ पैर ना मार, उहदे वास्ते उस रब नू उस अकाल पुरख नू अपने गुरु नू मेहणे भी ना मार, अड़ामे भी ना दे, बल्कि उहनू इसे तरह ही स्वीकार कर ला इस तरीके नाल कि जदों पूर्ण तौर पर जुड़िया होया मनुख है जिहड़ा उहदी बिरती उहदे नालों जिहड़ी है ना उह टुटे ना, वो डिस्टर्ब ना हो। गुरमत ने सानू इस नेहा दिता है। गल है भण मनण दी, उस वाहिगुरू दे हुक्म दे विच उहदी रज़ा दे विच राजी रहना। सिख वास्ते सब तो इंपोर्टेंट जां सब तो वड्डा असूल ही है कि उहदे भण दे विच उहदी रज़ा दे विच राजी रहना। तो जिस तरह भाई साहब ने दस्सिया उहदी रज़ा विच चलदिआं चलदिआं, क्योंकि उसने अपना आप समर्पण कर दिता है अते उह वाहिगुरू इहदा हिसाब किताब इत्थे मुकाउणा चाहुंदा है ते उहदे विच मुकाउंदे आ। आम दुनिया दिसदा है पे इन्हां दुख तकलीफ हो रहे ने, क्योंकि सब सतगुरु सब को भुगताना चाहुंदा है, पर सिख दा इह सब तो वड्डा असूल है कि उहदा पाणा मनना। उहदे उत्ते कोई ओही नहीं करनी आ कीता नहीं। धन गुरु अर्जन साहिब सच्चे पातशाह तत्ती तवी ते बैठ के सानू सबक दे गए दे गए ने, उलाहु नो मैं काहू ना दियो, मन मीठ तोहार हो गई, मैं उलामा नहीं दिंदा। ए वाहिगुरु तू ओ जे जिहड़ी रेशमी मखमल दी गद्दी सी वह बदल के अज तू तत्ती तवी विच बदल दित्ती है, जिथे चौल चुलदा सी उत्थे तत्ती रेत, उलाहु मैं उलाहु मैं उलामा नहीं दिंदा। ये अखीर अत दी है, अत दा हुक्म पालना। सर गुरु साहब ने ना अपने जीवन राही साढ़े वास्ते पूरने पाए, सानू सेध दिती है। इहदा इह ना कोई मतलब कड्डे, इह ना मतलब कड्डे भी गुरु साहब अपना लेखा पूरा करदे सी ना, भुल के भी ना, कदे भी ना, कदे भी कदे इस तरह ना सोचियो। साढ़े वास्ते एक एक दस्या उन्होंने भी देखो जे उहदे हुक्म दी खेड इत्थों तक भी पहुंच जावे गल, हां तां भी कोई नहीं, फिर भी उहदे हुक्म दी खेड है। जदों उत्थे सच्चे ही सच निबड़े, चुन बख कढ़े जजमा लिया, ये आसा दी वार दे विच रोज़ सवेरे आपां सुणदे आं जां कर पढ़दे आं। जदों ये सारिया गल्लां साढ़े समझ दे विच हैगियां क्योंकि गुरु साहब ने सानू दसियां। जे कोई ये कहे ना भी तुसीं साबित करके दिखाओ, सिख ने कदे भी अपने गुरु दे हुक्म नूं साबित करन दा जतन नहीं करना, उहनूं समझण दा जतन तां करना है, उहदी विचार भी करनी है। तो गुरु वार वार ये आखदा है, वार वार ये आखदा है भी जदों तक तू मेरे को नहीं आएगा, मेरे रस्ते ते नहीं चलेगा, जे सौ चंदा उगवें सूरज चढ़े हज़ार एते चानण होंदिया गुरबिन घोर अंधार। भाई वह जरा अग्ञानता का हनेरा तेरी अखा से प्यरदा पिया होया, जो असी पहरिया के शब्द पढ़ते ना डॉक्टर साहब, वो बिल्कुल स्पष्ट है भी किवें उहदी जिहड़ी सुरती है वो रब नालों टुट के दुनियादारां विच वरत के किवें वह खुआर होने वाले पासे वल चलती है। मेरी यह बेनती है कि जरा जरा सज्जन पाठ करते तुम जरूर उन्होंने विचार के वेखियो पैरों की वाणी श्री राग दे विच। ते साढ़े वास्ते गुरु साहब ने यही उपदेश दिता है कि जदों बच्चे का जन्म हुंदा है सतगुर साचे दिया भेज, वह सतगुरु ने भेजिया है चिर जीवन उपजिया संजोग, वह वाहिगुरु की रजा दे विच सतगुरु ने सिख का विश्वास है कि जदों सिख दे घर किसी बच्चे का जन्म हुंदा है ते उहदे बारे बहुतियां डींगा मारन की लोड़ नहीं, बहुतियां पुठियां सिद्धियां छालां मारन की लोड़ नहीं, बल्कि ये कहने की लोड़ है सतगुर सच है दिया भेज। वो सतगुरु ने कृपा करके साडे घर दे विच एक नवी रूह नवा शरीर लैके पैदा की है, तो उहदा शुकराना करना बनता है जदों नवा जी साडे घर दे विच पैदा हुंदा। तां और दूसरा ये ध्यान च रखने की लोड़ है कि जदों घर दे विच नवा जी पैदा हुंदा है ते उस जी नूं ठीक माहौल प्रोवाइड करना जी, ये साडा फर्ज बनता, ठीक वातावरण प्रोवाइड करना जी, ठीक सिक्ख्या प्रोवाइड करनी ये साडा फर्ज है। मैं अक्सर अक्सर ये गल कहना हुंदा, बहुत वारी हुंदा है कि जदों साडे घर बच्चे का जन्म हुंदा ना तो असीं सतगुरु दा शुकराना करन वास्ते कोई ना कोई समागम करदे हां, तो जे कि गए होइए तो वह कहें नहीं जी भी भाई साहब तुम आए हो हूँ तुम 5 मिनट आए हो हूँ तुम थोड़ा लाह लै लीए जी, तुम मतलब 5 मिनट बोलो। तो मैं हमेशा यह गल कहना हूँ भी जिते खुशी का मौका है ना
ਉਹਦੇ ਨਾਲ ਹੀ ਤੁਹਾਡੇ ਵਾਸਤੇ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਦਾ ਵੀ ਮੌਕਾ ਹੈ। ਅੱਜ ਤੁਹਾਡੇ ਮੋਢਿਆਂ 'ਤੇ ਜ਼ਿੰਮੇਵਾਰੀ ਪਈ ਹੈ ਔਰ ਇਹ ਸਿੱਖ ਵਾਸਤੇ ਬਹੁਤ ਲਾਜ਼ਮੀ ਹੈ ਕਿ ਇਸ ਜ਼ਿੰਮੇਵਾਰੀ ਪਵੇ। ਇਹ ਜਦੋਂ ਸੰਸਾਰ ਦੇ ਵਿੱਚ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਰਿਵਾਜ ਪੈ ਗਿਆ ਸੀ ਨਾ, ਵੀ ਬੱਚਿਆਂ ਨੂੰ ਪਾਲਣਾ, ਪੜ੍ਹਾਉਣਾ, ਵੱਡੇ ਕਰਨਾ ਬਹੁਤ ਵੱਡਾ ਜੰਜਾਲ ਹੈ ਅਤੇ ਬਹੁਤ ਸਾਰੇ ਲੋਕ ਘਰ ਘਰ ਛੱਡ ਕੇ ਜੰਗਲਾਂ ਨੂੰ ਭੱਜਣ ਵਾਲੇ ਲੱਗ ਗਏ। ਅਤੇ ਉਸ ਵੇਲੇ ਪੁਰਾਤਨ ਭਾਰਤੀ ਰਿਸ਼ੀਆਂ ਨੇ ਇੱਕ ਸਿਧਾਂਤ ਦਿੱਤਾ ਸਾਨੂੰ ਔਰ ਉਹ ਸਿਧਾਂਤ ਨੂੰ ਪਿੱਤਰਾਂ ਦੇ ਸਿਧਾਂਤ ਦੇ ਵਿੱਚ ਬਾਅਦ ਵਿੱਚ ਪੁਜਾਰੀ ਨੇ ਆਪਣੇ ਮਕਸਦ ਵਾਸਤੇ ਉਹਨੂੰ ਡਿਵੈਲਪ ਕਰ ਲਿਆ। ਜਿਹੜਾ ਰਿਸ਼ੀ ਗਿਆਨ ਹੈ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਤੁਹਾਨੂੰ ਤੁਹਾਡੇ ਮਾਂ ਬਾਪ ਨੇ ਪੈਦਾ ਕਰਕੇ ਤੁਹਾਡੇ ਉੱਤੇ ਇੱਕ ਕਰਜ਼ਾ ਦੇ ਕਰਜ਼ਾ ਚਾੜ ਦਿੱਤਾ ਹੈ। ਤੁਹਾਡੇ ਮਾਂ ਬਾਪ ਨੇ ਤੁਹਾਨੂੰ ਪੈਦਾ ਕਰਕੇ, ਤੁਹਾਨੂੰ ਪਾਲ ਪੋਸ ਕੇ ਜਿਹੜੀ ਮਿਹਨਤ ਕੀਤੀ ਆ ਉਹ ਤੁਹਾਡੇ ਸਿਰ ਦੇ ਉੱਤੇ ਕਰਜ਼ਾ ਹੈ। ਉਹ ਜਿਹੜਾ ਕਰਜ਼ਾ ਤੁਸੀਂ ਮਾਂ ਬਾਪ ਦਾ ਤਾਂ ਉਤਾਰ ਨਹੀਂ ਸਕਦੇ, ਤੁਹਾਡੇ 'ਚ ਇੰਨੀ ਹਿੰਮਤ ਨਹੀਂ ਕਿ ਤੁਸੀਂ ਆਪਣੇ ਮਾਂ ਬਾਪ ਦਾ ਕਰਜ਼ਾ ਉਤਾਰ ਸਕੋ। ਤੁਸੀਂ ਹੁਣ ਇਹ ਕਰਨਾ ਕਿ ਤੁਸੀਂ ਉਸੇ ਰਸਤੇ ਤੁਰਦਿਆਂ ਗ੍ਰਸਥ ਨੂੰ ਧਾਰਨ ਕਰਕੇ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਪਾਲ ਪੋਸ ਕੇ ਉਹ ਜਿਹੜਾ ਕਰਜ਼ਾ ਉਹ ਲਾਉਣਾ ਹੈ। ਅਤੇ ਉਸ ਚੀਜ਼ ਨੂੰ ਹੀ ਉਹ ਜਿਹੜਾ ਪਿੱਤਰਾਂ ਵਾਲਾ ਜਿਹੜਾ ਸਿਧਾਂਤ ਸੀਗਾ ਉਹਦੇ ਨਾਲ ਜੋੜਿਆ। ਇਹਦੇ ਪਿੱਛੇ ਜਿਹੜੀ ਭਾਵਨਾ ਲੁਕੀ ਹੋਈ ਇਹ ਹੈ ਕਿ ਕੁਦਰਤ ਦਾ ਸਿਸਟਮ ਚੱਲਦਾ ਰੱਖਣ ਵਾਸਤੇ ਮਨੁੱਖ ਜ਼ਿੰਮੇਵਾਰੀਆਂ ਤੋਂ ਡਰ ਕੇ ਭੱਜ ਨਾ ਜਾਏ, ਉਹਨਾਂ ਜ਼ਿੰਮੇਵਾਰੀਆਂ ਦੇ ਨੂੰ ਦੁਨੀਆ 'ਚ ਰਹਿ ਕੇ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਏ। ਅਤੇ ਇੱਥੇ ਜਦੋਂ ਇੱਕ ਜਿਹੜਾ ਸਿੱਖ ਹੈ ਗੁਰਮਤਿ ਅਨੁਸਾਰ ਜੀਵਨ ਜੀਉਣ ਵਾਲਾ ਹੈ, ਜੇ ਉਹਦੇ ਉਹਦੇ ਧਿਆਨ ਦੇ ਵਿੱਚ ਇਹ ਗੱਲ ਹੋਵੇ ਸਤਿਗੁਰ ਸੱਚੇ ਦੀਆ ਭੇਜ, ਇਹ ਬਹੁਤ ਡੂੰਘੀ ਗੱਲ ਹੈ ਨਾਨਕ ਸਾਹਿਬ, ਸਤਿਗੁਰ ਸੱਚੇ ਦੀਆ ਭੇਜ। ਹੁਣ ਜੇ ਸਤਿਗੁਰੂ ਨੇ ਕੋਈ ਸਾਨੂੰ ਤੋਹਫ਼ਾ ਦਿੱਤਾ ਹੋਵੇ ਅਤੇ ਫਿਰ ਅਸੀਂ ਕਿਸੇ ਅਮੀਰ ਆਦਮੀ ਨੇ ਕਿਸੇ ਵੱਡੇ ਬੰਦੇ ਨੇ ਸਾਨੂੰ ਦਿੱਤਾ ਵੀ ਨਾ ਪ੍ਰੈਜੈਂਟ ਤਾਂ ਅਸੀਂ ਸੰਭਾਲ ਸੰਭਾਲ ਕੇ ਰੱਖਦੇ ਹਾਂ, ਝਾੜ ਝਾੜ ਕੇ ਰੱਖਦੇ ਹਾਂ, ਕਿਤੇ ਮਿੱਟੀ ਨਾ ਪੈ ਜਾਏ ਤਾਂ ਲੋਕਾਂ ਨੂੰ ਦੱਸਦੇ ਹਾਂ ਇਹ ਮੈਨੂੰ ਨਾ ਫਲਾਣੇ ਆਦਮੀ ਨੇ ਮੈਨੂੰ ਦਿੱਤਾ ਸੀ ਇਹ ਤਾਂ ਮੈਂ ਸੰਭਾਲ ਕੇ ਰੱਖਿਆ। ਅਤੇ ਜਿਹੜਾ ਸਤਿਗੁਰੂ ਨੇ ਸਾਨੂੰ ਤੋਹਫ਼ਾ ਦਿੱਤਾ ਇੱਕ ਤੋਹਫ਼ਾ ਵੀ ਐਸਾ ਇੱਕ ਜਿਉਂਦੇ ਜਾਗਦੇ ਜੀਵਨ ਦੇ ਰੂਪ ਦੇ ਵਿੱਚ ਉਹਦੇ ਪ੍ਰਤੀ ਜ਼ਿੰਮੇਵਾਰੀਆਂ। ਅੱਜ ਮੈਡੀਕਲ ਸਾਇੰਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਿਸ ਵੇਲੇ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ ਹੈ ਉਸ ਵੇਲੇ ਮਾਂ ਦੇ ਦਿਮਾਗ ਦੇ ਵਿੱਚ ਜਿਹੋ ਜਿਹੇ ਖਿਆਲ ਚੱਲਦੇ ਹੈ ਉਹਦਾ ਪੈਦਾ ਹੋਣ ਵਾਲੇ ਬੱਚੇ ਦੇ ਜੀਵਨ ਦੇ ਉੱਤੇ ਅਸਰ ਪੈਂਦਾ ਹੈ। ਇਹ ਮੈਡੀਕਲ ਸਾਇੰਸ ਕਹਿੰਦੀ ਹੈ। ਗੁਰਬਾਣੀ ਨੇ ਤਾਂ ਕਿਹਾ ਵਾਰ ਵਾਰ ਗੁਰਬਾਣੀ ਨੇ ਕਿਹਾ ਵੀ ਜਿਹੜੀ ਮਾਂ ਹੈ ਉਹ ਕੁਦਰਤ ਦਾ ਇੱਕ ਬਹੁਤ ਵੱਡਾ ਚਮਤਕਾਰ ਕਰਨ ਜਾ ਰਹੀ ਹੁੰਦੀ ਹੈ, ਉਹਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹੁੰਦੀਆਂ। ਮੈਡੀਕਲ ਸਾਇੰਸ ਨੇ ਤਾਂ ਕਿਹਾ ਵੀ ਜਿਹੜੀਆਂ ਮਾਵਾਂ ਉਸ ਵੇਲੇ ਜਿਸ ਵੇਲੇ ਉਹ ਐਕਸਪੈਕਟੇਸ਼ਨ ਹੈਗੀ ਆ ਪ੍ਰੈਗਨੈਂਟ ਨੇ ਬੱਚੇ ਦੀ ਆਸ ਬੱਚੇ ਉਹਨਾਂ ਦੇ ਗਰਭ ਦੇ ਵਿੱਚ ਹੈ ਜਿਹੜੀਆਂ ਨਸ਼ੇ ਕਰਦੀਆਂ ਜਾਂ ਕੁਛ ਹੋਰ ਕਰਦੀਆਂ ਉਹਦਾ ਅਸਰ ਬੱਚੇ ਉੱਤੇ ਹੁੰਦਾ ਹੈ, ਮਾੜੀ ਸੰਗਤ ਕਰਦੀਆਂ ਉਹਦਾ ਅਸਰ ਬੱਚੇ ਉੱਤੇ ਹੁੰਦਾ ਹੈ, ਇੱਥੋਂ ਤੱਕ ਕਿ ਮਾੜਾ ਸੰਗੀਤ ਸੁਣਦੀਆਂ ਜਿਹੜੀਆਂ ਉਹਦਾ ਵੀ ਅਸਰ ਬੱਚੇ ਦੇ ਉੱਤੇ ਉਹ ਜਿਹੜੀਆਂ ਵੇਵਸ ਪੈਂਦੀਆਂ। ਅਤੇ ਸਾਡੇ ਵਾਸਤੇ ਜਿਹੜੇ ਗੁਰਸਿੱਖ ਪਰਿਵਾਰ ਹੈ ਉਹਨਾਂ ਵਾਸਤੇ ਮੈਂ ਵਾਰ ਇਹ ਗੱਲ ਅਹਿਸਾਸ ਕਰਦਾ ਹੁੰਦਾ ਅਤੇ ਕਹਿੰਦਾ ਹੁੰਦਾ ਵੀ ਸਾਡੇ ਵਾਸਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਸਤਿਗੁਰੂ ਨੇ ਵਾਹਿਗੁਰੂ ਨੇ ਸਾਡੇ ਘਰ ਦੇ ਵਿੱਚ ਉਹ ਦਾਤ ਦਿੱਤੀ ਹੈ, ਹਰ ਸ਼ਬਦ ਉਹ ਹੁਕਮ ਦੇ ਨਾਲ ਪਰਮਾਤਮਾ ਦੀ ਦਾਤ ਦੇ ਨਾਲ ਜੁੜਿਆ ਹੋਇਆ ਅਤੇ ਉਹਦੀ ਠੀਕ ਪਰਵਰਿਸ਼ ਕਰਨਾ ਠੀਕ ਹੈ। ਸਾਡਾ ਆਪਣਾ ਜੀ ਕਰਦਾ ਹੁੰਦਾ ਹੈ ਕਿ ਰੰਗ ਤਮਾਸ਼ਿਆਂ ਵਾਲੀ ਜ਼ਿੰਦਗੀ ਹੈ, ਦੁਨੀਆਦਾਰਾਂ ਵਾਲੀ ਜ਼ਿੰਦਗੀ ਹੈ, ਉਹਨਾਂ ਪ੍ਰਤੀ ਵਾਰ ਗੁਰਬਾਣੀ ਨੇ ਕੀਤਾ ਵੀ ਜਿਹੋ ਜਿਹਾ ਅਸੀਂ ਅੰਨ ਕਮਾ ਕੇ ਲਿਆ ਕੇ ਉਹਨਾਂ ਨੂੰ ਬੱਚਿਆਂ ਨੂੰ ਖਵਾਉਂਦੇ ਹਾਂ ਉਹੋ ਜਿਹੀ ਉਹਨਾਂ ਦੀ ਮਤ ਬੁੱਧ ਹੋ ਜਾਂਦੀ ਹੈ। ਔਰ ਇਹ ਸਤਿਗੁਰੂ ਦੀ ਦਾਤ ਸਾਡੇ ਘਰ ਦੇ ਵਿੱਚ ਵਾਹਿਗੁਰੂ ਨੇ ਕਿਰਪਾ ਕਰਕੇ ਦਿੱਤੀ ਹੁੰਦੀ ਹੈ ਅਤੇ ਉਹਦੇ ਪ੍ਰਤੀ ਜ਼ਿੰਮੇਵਾਰੀਆਂ ਦਾ ਜਿਹੜਾ ਅਹਿਸਾਸ ਹੈ ਉਹ ਬਹੁਤ ਜ਼ਰੂਰੀ ਹੈ। ਸਤਿਗੁਰ ਸੱਚੇ ਦੀਆ ਭੇਜ, ਉਹਦੇ ਵਾਸਤੇ ਭਾਈ ਸਾਹਿਬ ਨੇ ਬੜਾ ਸਟ੍ਰੈਸ ਕੀਤਾ ਕਿ ਮਾਹੌਲ ਬਣਾਉਣਾ ਉਹ ਸਾਡੇ ਹੱਥ ਹੈ ਅਤੇ ਅੱਜ ਕੱਲ੍ਹ ਸਾਰੇ ਆਪਾਂ ਘਰਾਂ ਵਿੱਚ ਇੱਥੇ ਰਹਿੰਦੇ ਹਾਂ ਬਾਹਰ ਵੀ ਉੱਥੇ ਵੀ ਜਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਹੈ ਉਹ ਤੁਸੀਂ ਸਾਰੇ ਜਾਣਦੇ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਤੋਹਫ਼ਾ ਦਿੱਤਾ ਹੈ, ਦਾਤ ਦਿੱਤੀ ਹੈ, ਪਤਾ ਨਹੀਂ ਕਿਹੜੀ ਰੂਹ ਹੈ ਕਿੰਨੀ ਬਖਸ਼ਿਸ਼ ਹੈ ਉਹਦੇ ਉੱਤੇ ਅਤੇ ਅਸੀਂ ਜੇ ਸ਼ਰਾਬਾਂ ਦੇ ਉੱਥੇ ਡੱਟ ਖੋਲ੍ਹ ਲਈਏ ਤਾਂ ਕਿਹੋ ਜਿਹਾ ਮਾਹੌਲ ਪੈਦਾ ਕਰਦੇ। ਸਤਿਗੁਰੂ ਨੇ ਸਾਨੂੰ ਸੰਦੇਸ਼ ਦਿੱਤਾ ਹੈ, ਮਾਤਾ ਨੂੰ ਖਾਸ ਕਰਕੇ ਤਗੀਦ ਦਿੱਤੀ ਹੈ। ਪੰਚਮ ਪਾਤਸ਼ਾਹ ਕਹਿੰਦੇ ਨੇ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੇ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਸਤਿਗੁਰ ਤੁਮਕੋ ਹੋਏ ਦਿਆਲਾ
संत संग तेरी प्रीत कापड़ पत परमेश्वर राखी भोजन कीर्तन नीत आ सब कुछ मां वास्ते दस्या है कि अपने बच्चे नू आ सत्संग करा आ भोजन खा कीर्तन दा ते ये हुण बाणी जे असी नहीं समझते सतगुरु ने बख्शिश कर दिती जिहड़ी गल आपां पहला शुरू च कीती ना डॉक्टर साहब घर घर अंदर धर्मशाल जी वह एक सत्संगी माहौल पैदा करना घर दे विच हां वो साडा फर्ज बनदा सत्संग वाला माहौल पैदा करना और वो सच्ची एक दिखावे का नहीं कर्मकांडी नहीं अज्ज दे जिहड़े बच्चे ने साडे अक्सर यह सवाल पैदा हुंदा कि जिहड़े बच्चे ने ना गुरुद्वारे नहीं जांदे साडे आखे नहीं लगदे क्योंकि वह हिपोक्रेसी नहीं बर्दाश्त करते असी कहिंदे कुछ हैं बच्चों तो आस कोई होर रखते हैं आप कुछ होर करते हैं इवें नहीं चलता ईमानदार होना पैंदा मैं ये गल बार बार जोर दे के कहना भी जिहो जिहा असी चाहुंदे हां कि साडे बच्चे बनन ਉਹ ਜਿਹਾ ਪਹਿਲਾਂ ਸਾਨੂੰ ਆਪ ਬਣਨ ਦੀ ਲੋੜ ਹੈ ਫਿਰ ਹੀ ਉਹ ਜਿਹੜੇ ਬੱਚੇ ਨੇ ਇਸ ਤਰ੍ਹਾਂ ਦੇ ਬਣ ਸਕਣਗੇ ਅਤੇ ਜਦੋਂ ਅਸੀਂ ਸਤਸੰਗ ਦੇ ਨਾਲ ਜੁੜ ਜਾਂਦੇ ਹਾਂ ਸਤਸੰਗੀ ਜੀਵਨ ਜੁੜ ਜਾਂਦੇ ਹਾਂ ਜਦੋਂ ਉਹ ਜਿਹੜੀ ਗੁਰੂ ਦਾ ਗਿਆਨ ਰੂਪੀ ਸਾਡੇ ਅੰਦਰ ਚਾਨਣ ਜਦੋਂ ਹੋ ਜਾਂਦਾ ਫਿਰ ਉਹ ਜਿਹੜੀ ਜਨਮ ਜਨਮ ਦੀ ਲੱਗੀ ਹੋਈ ਮੈਲ ਹੈ ਸਾਡੇ ਬੇਕਾਰਾਂ ਦੀ ਉਹ ਫਿਰ ਧੁਲਣੀ ਸ਼ੁਰੂ ਹੋ ਜਾਂਦੀ ਹੈ ਉਹ ਫਿਰ ਲਹਿਣੀ ਸ਼ੁਰੂ ਹੋ ਜਾਂਦੀ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਸਾਫ਼ ਹੁੰਦੀ ਹੁੰਦੀ ਜਦੋਂ ਡਾਕਟਰ ਸਾਹਿਬ ਇਹੋ ਜਿਹੇ ਮੌਕੇ 'ਤੇ ਨਾ ਅਸੀਂ ਅਕਸਰ ਇੱਕ ਸ਼ਬਦ ਪੜ੍ਹਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਉਹਦੀ ਜਿਹੜੀ ਆਖਰੀ ਪੰਕਤੀ ਹੈ ਨਾ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਜਰਾ ਹੁੰਦਾ ਬੁਢੇਪਾ ਵੀ ਇਹ ਨਾਨਕ ਤੇਰੀ ਕਿਰਪਾ ਦੇ ਨਾਲ ਮੈਂ ਹੁਣ ਉੱਥੇ ਟਿਕਾਣਾ ਬਣਾ ਲਿਆ ਜਿੱਥੇ ਮੌਤ ਨਹੀਂ ਹੁੰਦੀ ਅਤੇ ਮੌਤ ਨਾ ਹੋਣ ਦਾ ਜਿਹੜਾ ਇੱਕੋ ਇੱਕ ਤਰੀਕਾ ਹੈ ਮੌਤ ਤਾਂ ਨਹੀਂ ਹੋਣੀ ਜੇ ਜਨਮ ਨਹੀਂ ਹੋਇਆ ਤਾਂ ਜੇ ਜਨਮ ਹੋਇਆ ਤਾਂ ਮੌਤ ਹੋਣੀ ਜ਼ਰੂਰੀ ਹੈ ਵੀ ਜਿੱਥੇ ਮੌਤ ਨਹੀਂ ਹੁੰਦੀ ਜਨਮ ਨਹੀਂ ਹੁੰਦੀ ਅਤੇ ਬੁਢੇਪੇ ਦਾ ਵੀ ਡਰ ਨਹੀਂ ਰਹਿੰਦਾ ਮਤਲਬ ਉਹ ਆਵਾਗਾਉਣ ਦੇ ਚੱਕਰ 'ਚੋਂ ਜੀਵ ਬਾਹਰ ਨਿਕਲ ਜਾਂਦਾ ਹੈ ਆਵਾਗਾਉਣ ਦੇ ਚੱਕਰ 'ਚੋਂ ਨਿਕਲਣ ਵਾਸਤੇ ਅਕਾਲ ਪੁਰਖ ਨੇ ਸਾਨੂੰ ਇਹ ਸਰੀਰ ਦੇ ਕੇ ਇਹ ਸੰਸਾਰ ਦੇ ਉੱਤੇ ਭੇਜਿਆ ਅਤੇ ਜਦੋਂ ਉਹ ਸਰੀਰ ਦਾ ਜਨਮ ਸਾਡੇ ਘਰ ਦੇ ਵਿੱਚ ਹੁੰਦਾ ਹੈ ਅਤੇ ਉਦੋਂ ਫਿਰ ਸਾਨੂੰ ਜਿਹੜੀਆਂ ਜ਼ਿੰਮੇਵਾਰੀਆਂ ਅਤੇ ਪੰਥ ਨੇ ਗੁਰਮਤਿ ਮਰਿਆਦਾ ਅਨੁਸਾਰ ਉਹਦੇ ਲਈ ਸਾਡੇ ਵਾਸਤੇ ਕੁਛ ਅਸੂਲ ਵੀ ਨੀਯਤ ਕੀਤੇ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਅਸੀਂ ਕੀ ਕਰਨਾ ਅੱਜ ਜਿਵੇਂ ਅਸੀਂ ਸੈਲੀਬ੍ਰੇਟ ਕਰਨ ਦਾ ਸੁਭਾਅ ਬਣਾ ਲਿਆ ਬਹੁਤਿਆਂ ਨੇ ਸਾਡੇ 'ਚੋਂ ਉਹਦਾ ਗੁਰਮਤ ਦੇ ਵਿੱਚ ਕੋਈ ਥਾਂ ਨਹੀਂ ਹੈ ਜਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਅਗਾਂਹ ਜਾ ਕੇ ਜੋ ਗੁਰਮਤ ਕਹਿੰਦੀ ਹੈ ਸਿਧਾਂਤ ਸਾਡੇ ਵਾਸਤੇ ਜਨਮ ਸੰਸਕਾਰ ਦਾ ਹਾਂ ਉਹਦੇ ਵਾਸਤੇ ਵੀ ਉਹਦੇ ਗੱਲ ਕਰਨੀ ਹੈ ਕਿ ਕੀ ਖਰੜੇ ਵਿੱਚ ਲਿਖਿਆ ਕੀ ਹੈ ਇਹਦੇ ਵਿੱਚ ਬਹੁਤ ਸਪਸ਼ਟ ਹੈ ਜੀ ਭਈ ਜਦੋਂ ਮਾਤਾ ਬੱਚੇ ਨੂੰ ਜਨਮ ਦਿੰਦੀ ਹੈ ਜਦੋਂ ਉਹ ਉੱਠਣ ਬੈਠਣ ਜੋਗੀ ਹੋ ਜਾਏ ਪਹਿਲਾਂ ਤਾਂ ਜਿਹੜਾ ਸਾਡਾ ਹਿੰਦੂ ਵਿਸ਼ਵਾਸ ਹੈ ਉਹਦੇ ਮੁਤਾਬਕ ਜਨਮ ਤੋਂ ਬਾਅਦ ਸੂਤਕ ਦੇ ਕਰਕੇ ਉਹ ਜਿਹੜੀ ਮਾਤਾ ਹੈ ਉਹ ਅਸ਼ੁੱਧ ਹੋ ਜਾਂਦੀ ਹੈ ਸੂਤਕ ਦਾ ਬਹੁਤ ਵਹਿਮ ਕੀਤਾ ਜਾਂਦਾ ਅਤੇ ਆਸਾ ਦੀ ਆਵਾਜ਼ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰਤਾ ਸਭੋ ਸੂਤਕ ਭਰਮ ਹੈ ਭਾਣੇ ਆ ਕੇ ਜਾਏ ਉਹ ਕੋਈ ਵਹਿਮ ਨਹੀਂ ਕਰਨਾ ਉਹ ਬਲਕਿ ਉਹ ਅਪਵਿੱਤਰ ਤਾਂ ਕੀ ਉਹ ਤਾਂ ਪਵਿੱਤਰ ਹੋ ਗਈ ਉਹਦੇ ਰਾਹੀਂ ਇੱਕ ਆਤਮਾ ਨੇ ਸਰੀਰ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਪ੍ਰਵੇਸ਼ ਕੀਤਾ ਇਸ ਕਰਕੇ ਉਹ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਵੀ ਹਾਲਤ ਦੇ ਵਿੱਚ ਉਹਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਪੁਰਾਣੇ ਸਮੇਂ ਦੇ ਵਿੱਚ ਵਹਿਮਾਂ ਭਰਮਾਂ ਦੇ ਆਸ ਲੱਗ ਕੇ ਮੰਜੇ ਦੇ ਨਾਲ ਤਾਂਬਾ ਲੋਹਾ ਦਾਣੇ ਤਾਂ ਕਿ ਬੱਚੇ ਨੂੰ ਮਾੜੀ ਨਜ਼ਰ ਨਾ ਲੱਗ ਜਾਏ ਬੜਾ ਕੁਛ ਐਸਾ ਅਸੀਂ ਕਰਦੇ ਸੀ ਪੰਡਿਤ ਆ ਕੇ ਉਹ ਕੁਛ ਹੋਰ ਕਰਦਾ ਸੀ ਇਸ ਤਰ੍ਹਾਂ ਕਰਦਾ ਸੀ ਗੁਰਮਤ ਦੇ ਵਿੱਚ ਬੜਾ ਸਪਸ਼ਟ ਇਹ ਲਿਖਿਆ ਵੀ ਜਦੋਂ ਮਾਤਾ ਉੱਠਣ ਬੈਠਣ ਯੋਗ ਹੋ ਜਾਏ ਚੱਲਣ ਫਿਰਨ ਯੋਗ ਹੋ ਜਾਏ ਅਤੇ ਪਰਿਵਾਰ ਇਕੱਠਾ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜਾਂ ਕੜਾਹ ਪ੍ਰਸ਼ਾਦ ਦੀ ਦੇਗ ਕਰਾ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਆਏ ਮਹਾਰਾਜ ਦੇ ਹਜ਼ੂਰ ਜਾਏ ਅਤੇ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਬੱਚੇ ਦਾ ਜਨਮ ਹੋਏ ਉਸੇ ਵੇਲੇ ਕਹਿੰਦੇ ਸਹਿਜ ਪਾਠ ਰੱਖ ਲਿਆ ਜਾਏ ਜੀ ਪਾਠ ਕਰ ਲਿਆ ਜਾਏ ਜੇ ਪਾਠ ਰੱਖਿਆ ਹੋਵੇ ਪਾਠ ਕੀਤਾ ਹੋਵੇ ਤਾਂ ਉਸ ਵੇਲੇ ਜਾ ਕੇ ਪਾਠ ਦਾ ਭੋਗ ਪਾਇਆ ਜਾਏ ਕੜਾਹ ਪ੍ਰਸ਼ਾਦ ਵਰਤਾਇਆ ਜਾਏ ਅਤੇ ਉਹ ਵਾਹਿਗੁਰੂ ਦੀ ਉਸਤਤ ਦੇ ਸ਼ਬਦ ਜਿਹੜੇ ਰੂਪੀ ਜਿਹੜੇ ਸ਼ਬਦ ਹੈ ਉਹਨਾਂ ਦਾ ਕੀਰਤਨ ਕੀਤਾ ਜਾਏ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਹੁਕਮਨਾਮਾ ਲੈ ਕੇ ਉਸ ਹੁਕਮਨਾਮੇ ਦਾ ਜਿਹੜਾ ਪਹਿਲਾ ਅੱਖਰ ਹੈ ਉਹ ਤੋਂ ਬੱਚੇ ਦਾ ਨਾਂ ਸੁਝਾਇਆ ਜਾਏ ਅਤੇ ਉਸ ਨਾਂ ਦੀ ਸੰਗਤ ਵਿੱਚੋਂ ਪ੍ਰਵਾਨਗੀ ਲਈ ਜਾਏ
बच्चे का नाँ दे पिछे सिंह शब्द लगे तो बच्ची दे नाँ दे पिछे कौर शब्द लगे। अज असी सिंह ते कौर माइनस कर दते है, इहदे नाल साडा ध्यान नहीं गया जी। पंथ ने साडे वास्ते बिल्कुल स्पष्ट जिक्र किया है, इहदे बारे हदायत की है कि सिंह ते कौर जिहड़ा शब्द है ये बच्चे दे जन्म समय ही उहदे नाँ दे नाल लगा देना है। तो असी तो गोत जोड़ लै, वो बेशक ना लगे, गोत की लोड़ नहीं है, पर सिंह ते कौर जिहड़ा है वह लगना बहुत जरूरी है। पुरातन समय अज ये रिवाज असी घटा लिया है, हौली हौली दूर हो गए। जदों बच्चे का जन्म हुंदा सी ते उन्हूं गुड़ती दिती जांदी सी जी, गुड़ती देण दा एक रिवाज हुंदा सीगा। ते गुड़ती देण वास्ते ग्रंथी सिंह पाणी च पतासा पा के जी, कृपान खंडा नहीं अमृत नहीं हुंदा सी, मूल मंत्र का पाठ करके जां जप जी साहब दीआं पंज पौड़ियां का पाठ करके वह जिहड़ा जल सी ਉਹ ਫਿਰ ਕਿਰਪਾਨ ਦੀ ਨੋਕ ਨਾਲ ਬੱਚੇ ਦੇ ਮੂੰਹ ਦੇ ਵਿੱਚ ਉਹਦੇ ਜਿਹੜੇ ਡਰੋਪ ਸੀਗੇ ਜੀ ਉਹ ਪਾ ਦਿੱਤੇ ਜਾਂਦੇ ਸਨ। ਪਹਿਲਾਂ ਜਿਹੜਾ ਬੱਚੇ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਸੀ, ਮੈਂ ਵੇਖਿਆ ਇਹ ਜੀ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਕਿਸੇ ਦੇ ਘਰ ਬੱਚਾ ਜਨਮ ਲੈਂਦਾ ਸੀ ਅਤੇ ਗ੍ਰੰਥੀ ਸਿੰਘ ਕੋਈ ਗੁਰਦੁਆਰੇ ਜਾਂਦੇ ਹੁੰਦੇ ਸੀਗੇ ਅਤੇ ਮੈਂ ਵੇਖਿਆ ਕਿ ਉਹ ਮਾਰੇ ਤਾਬਿਆ ਬੈਠ ਜਾਂਦਾ ਸੀ ਪਾਣੀ ਥੋੜ੍ਹਾ ਜਿਹਾ ਗਲਾਸ 'ਚ ਪਾ ਕੇ ਅਤੇ ਉਹ ਨਾਲੇ ਉਹ ਪੂਰਾ ਜਪਜੀ ਸਾਹਿਬ ਦਾ ਪਾਠ ਕਰ ਦਿੰਦਾ ਸੀ, ਨਾਲੇ ਮੂਲ ਮੰਤਰ ਦਾ ਪਾਠ ਕਰਨ ਤੋਂ ਬਾਅਦ ਪੂਰੇ ਜਪਜੀ ਸਾਹਿਬ ਦਾ ਪਾਠ ਕਰ ਦੇਣਾ ਅਤੇ ਉਹ ਫਿਰ ਉਹਨਾਂ ਨੂੰ ਦੇ ਦੇਣਾ। ਉਹ ਥੋੜ੍ਹਾ ਜਿਹਾ ਬੱਚੇ ਦੇ ਮੂੰਹ 'ਚ ਦੋ ਬੂੰਦਾਂ ਪਾ ਦੇਣੀਆਂ, ਬਾਕੀ ਮਾਤਾ ਨੂੰ ਪਿਲਾ ਦੇਣਾ। ਉਹਦੇ ਨਾਲ ਇਹ ਹੁੰਦਾ ਸੀਗਾ ਬੇਸ਼ੱਕ ਇਹਨੂੰ ਕੋਈ ਵਹਿਮ ਮੰਨ ਲੈ ਜਾਂ ਕੁਛ ਹੋਰ ਕਰ ਲੈ, ਜਦੋਂ ਬਾਣੀ ਪੜ੍ਹੀ ਜਾਂਦੀ ਹੈ ਉਹ ਬਾਣੀ ਵਾਲਾ ਜਿਹੜਾ ਹੈ ਇਹ ਕੋਈ ਜਾਦੂ ਟੂਣਾ ਨਹੀਂ ਹੈ, ਉਹ ਆਪਣੇ ਬਾਣੀ ਦੇ ਨਾਲ ਜੁੜਨ ਦਾ ਇੱਕ ਪ੍ਰੈਕਟਿਸ ਹੈ, ਇੱਕ ਸਾਧਨ ਬਣਾਇਆ ਗਿਆ ਸੀ, ਪੰਥ ਨੇ ਮਰਿਆਦਾ ਬਣਾਈ ਸੀ ਇਸ ਤਰੀਕੇ ਦੀ। ਅੱਜ ਬਹੁਤ ਕੁਛ ਅਸੀਂ ਅਵੇਸਲੇਪਣ ਦੇ ਵਿੱਚ ਉਹ ਗਵਾ ਲਿਆ, ਸਾਨੂੰ ਇਹਨਾਂ ਗੱਲਾਂ ਦਾ ਧਿਆਨ ਨਹੀਂ ਰਹਿੰਦਾ। 40 ਦਿਨ ਤੱਕ ਪਹਿਲਾਂ ਮਾਂ ਨੂੰ ਮੰਜੇ ਤੋਂ ਥੱਲੇ ਪੈਰ ਨਹੀਂ ਪਾਉਣ ਦਿੰਦੇ ਸੀ, ਚੌਂਕੇ ਵਿੱਚ ਨਹੀਂ ਜਾਣ ਦਿੰਦੇ ਸੀ ਕਿਉਂਕਿ ਪਵਿੱਤਰ ਹੁੰਦੀ ਸੀ, ਕਹਿੰਦੇ ਇਹ ਚੌਂਕੇ ਵਿੱਚ ਨਹੀਂ ਜਾ ਸਕਦੀ। ਠੀਕ ਹੈ, ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਤਾ ਦਾ ਸਰੀਰ ਕਮਜ਼ੋਰ ਹੋ ਜਾਂਦਾ, ਉਹਦੀ ਸਿਹਤ ਦਾ ਖਿਆਲ ਰੱਖਣਾ ਲਾਜ਼ਮੀ ਹੈ, ਉਹ ਮਤਲਬ ਸਾਰਾ ਕੁਛ ਠੀਕ ਹੈ, ਪਰ ਗੁਰਮਤਿ ਦੇ ਵਿੱਚ ਇਸ ਪੱਖ ਤੋਂ ਕਿਸੇ ਕਿਸਮ ਦਾ ਕੋਈ ਵਹਿਮ ਹੈ ਜਿਹੜਾ ਉਹਨੂੰ ਪ੍ਰਵਾਨ ਨਹੀਂ ਕੀਤਾ ਗਿਆ। ਜਿਹੜੀ ਗੱਲ ਭਾਈ ਸਾਹਿਬ ਜੀ ਜਾਂਦੇ ਜਾਂਦੇ ਕਹਿ ਗਏ ਨੇ, ਜਿਹੜੇ ਤੋਂ ਅਸੀਂ ਬੜੇ ਉਬੇਸਲੇ ਹੋ ਰਹੇ ਹਾਂ ਕਿ ਜਿਹੜਾ ਨਾਂ ਅਸੀਂ ਮਾਤਾ ਪਿਤਾ ਨੇ ਦਿੱਤਾ ਉਹ ਰੱਖ ਲਿਆ, ਜਿਹੜਾ ਗੋਤ ਹੈ ਪਿੰਡ ਦਾ ਉਹ ਰੱਖ ਲਿਆ, ਪਰ ਜਿਹੜਾ ਧਰਮ ਦਾ ਨਾਂ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸਾਨੂੰ ਉਹ ਅਸੀਂ ਇੱਥੋਂ ਮੁਨਾਫੀ ਕਰ ਦਿੰਦੇ ਹਾਂ। ਸਿੰਘ ਅਤੇ ਕੌਰ ਮੇਰਾ ਭਾਵ ਹੈ, ਉਹ ਤੋਂ ਅਸੀਂ ਗ੍ਰੇਜ ਕਰਦੇ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਸਿੰਘ ਅਤੇ ਕੌਰ ਨਾਲ ਹੋਵੇ। ਠੀਕ ਹੈ, ਗੋਤ ਲਾਉਣਾ ਲਾਓ, ਪਹਿਲਾ ਨਾਂ ਜੋ ਕੱਢਿਆ ਹੈ ਉੱਥੋਂ ਲਾਓ, ਅਤੇ ਦੂਸਰਾ ਜਿਹੜਾ ਵਹਿਮਾ ਭਰਮਾਂ ਦੇ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਕਹਿ ਸਹਿਬ ਸੱਚੇ ਪਾਤਸ਼ਾਹ ਸਹੀ ਬਾਰੇ ਵਿੱਚ ਕਹਿ ਗਏ ਨੇ ਵਾਰ ਵਾਰ ਸੂਤਕ ਤੋਂ, ਅਤੇ ਉਸ ਤੋਂ ਬਾਅਦ ਜਿਹੜੇ ਵਹਿਮ ਭਰਮ, ਕਿਉਂਕਿ ਇਹ ਇਸ ਕਰਕੇ ਆ ਇਸ ਜਿਸ ਸੰਸਕ੍ਰਿਤੀ ਵਿੱਚੋਂ ਅਸੀਂ ਆਏ ਹਾਂ ਉਸ ਧਰਮ ਦਾ ਉਸ ਵਾਤਾਵਰਣ ਦਾ ਸਾਡੇ ਉੱਤੇ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪੈਂਦਾ ਹੈ। ਪਰ ਪੜ੍ਹੇ ਲਿਖੇ ਸਮੇਂ ਦੇ ਵਿੱਚ ਜਿਹੜਾ ਮਰਿਆਦਾ ਵਿੱਚ ਬਹੁਤ ਛੋਟਾ ਜਿਹਾ ਬਰੀਫ ਦਿੱਤਾ ਇਹਦੇ ਬਾਰੇ, ਹਾਂਜੀ, ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉੱਠਣ ਬੈਠਣ ਅਤੇ ਇਸ਼ਨਾਨ ਕਰਨ ਦੇ ਯੋਗ ਹੋਵੇ ਤਾਂ, ਬ੍ਰੈਕਟ ਦੇ ਵਿੱਚ ਹੈ, ਦਿਨਾਂ ਦੀ ਕੋਈ ਗਿਣਤੀ ਮੁਕਰਰ ਨਹੀਂ ਹੈ, ਟੱਬਰ ਅਤੇ ਸੰਬੰਧੀ ਗੁਰਦੁਆਰਾ ਕੜਾਹ ਪ੍ਰਸ਼ਾਦ ਲੈ ਕੇ ਜਾਣ ਜਾਂ ਕਰਵਾਉਣ ਅਤੇ ਗੁਰੂ ਜੀ ਦੇ ਹਜ਼ੂਰ ਪਰਮੇਸ਼ੁਰ ਦਿੱਤਾ ਬੰਨਾ ਸਤਿਗੁਰ ਸਾਚੇ ਦੀਆ ਭੇਜ ਆਦਿ ਖੁਸ਼ੀ ਅਤੇ ਧੰਨਵਾਦ ਵਾਲੇ ਸ਼ਬਦ ਪੜ੍ਹਨ। ਉਪਰੰਤ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ, ਫਿਰ ਹੁਕਮ ਲਿਆ ਜਾਵੇ ਬਾਕ ਦੇ ਆਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ। ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ। ਗ੍ਰੰਥੀ ਸਿੰਘ ਅਕਸਰ ਇੱਦਾਂ ਹੁੰਦਾ ਵੀ ਜਦੋਂ ਨਾਂ ਰੱਖ, ਗ੍ਰੰਥੀ ਸਿੰਘ ਹੁਕਮਨਾਮਾ ਲੈਣ ਤੋਂ ਬਾਅਦ ਪਹਿਲਾ ਅੱਖਰ ਦੱਸ ਦਿੰਦਾ ਵੀ ਆਹ ਨਾਂ ਹੈ ਅਤੇ ਆਪਣਾ ਅੱਖਰ ਤੁਸੀਂ ਰੱਖ ਲਓ, ਫਿਰ ਜਦੋਂ ਪਰਿਵਾਰ ਦੇ ਮੈਂਬਰ ਰਲ ਮਿਲ ਕੇ ਨਾਂ ਸਿਲੈਕਟ ਕਰ ਲੈਂਦੇ ਨੇ ਫਿਰ ਗ੍ਰੰਥੀ ਸਿੰਘ ਫਿਰ ਉਹ ਨਾਂ ਅਨਾਊਂਸ ਕਰਕੇ ਜਕਾਰਾ ਛੱਡ ਕੇ ਸੰਗਤ ਕੋਲੋਂ ਪ੍ਰਵਾਨਗੀ ਲੈ ਲੈਂਦਾ। ਇੱਥੇ ਸ਼ਬਦ ਵਰਤਿਆ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ, ਗ੍ਰੰਥੀ ਸਿੰਘ ਅਨਾਊਂਸ ਕਰੇ ਫਿਰ ਬੱਚੇ ਦਾ ਨਾਂ ਰੱਖਿਆ। ਲੜਕੇ ਦੇ ਨਾਂ ਪਿੱਛੋਂ ਸਿੰਘ ਸ਼ਬਦ ਅਤੇ ਲੜਕੀ ਦੇ ਨਾਂ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ
उपरंत आनंद साहब छे पौड़ियां मगरों बच्चे दे नाम संस्कार की खुशी का योग शब्दों विच अरदासा करके कड़ा प्रसाद वरताया जाए। जन्म के संबंध में खाण पीण विच कोई सूतक का भरम नहीं करना, क्योंकि जम्मण मरना हुक्म है, भाणे आवे जाए। खाना पीना पवित्र है, दितोन रिजक संभाए। श्री गुरु ग्रंथ साहब जी दे रुमाल तो चोला बना के पाउणा आदि मनमत है। कई बार असं इस तरह करते हैं, ग्रंथी सिंह कहने सू रुमाला दे दौ जी, जी। दरअसल वो जड़े रुमाले सुनहरे के बने होंगे ने आम तौर पर, वो जी मनमत है, अपनी मन की मत हैगी साड़ी, वो गुरमत का कोई संबंध नहीं। और फिर उसनों मतलब वनू सतगुरु की दात समझ के उसकी पालना की जाए। असी तो कहने ना हथों हथ नचाइए प्यारे मात कहे सुत मेरे फिर जो बच्चा थोड़ा जिहा कुछ महीनों का होंगे दोस्त मित्र रिश्तेदार संबंधी देख आते जो हथों हथ नचाइए प्यारे प्यो बच्चे कहना मैनू दो हूँ तुम मैनू दो मैनू दो मैनू दो मैं चुकना पर माँ कहती ना ये तो मेरा है मात कहे सुत मेरा ये तो मेरा है। और इस भावना के बच्चे दे अंदर एक एहसास पैदा होना शुरू होता है कि मेरी कोई बखरी होंद हस्ती है। पैरियां दी बाणी दे विच इस गल दा जिक्र कीता कि उस स्टेज तो ही उहदे मन दे विच दूजी भावना जिहड़ी आ दूज दी भावना जिहड़ी आ जी वह पनपन लग पैंदी है। उहदे विच विचार आउणा शुरू हो जांदा है कि मेरी तो कोई अपनी एग्जिस्टेंस है, मैं तो कोई बखरी चीज़ है। पहला उहनूं पता हुंदा कि मैं अकाल पुरख दा ही रूप है, तो अकाल पुरख ने ही मैनूं भेजिया हुंदा है। और उन्होंने सारा गुरु साहब ने बड़ा सुचजे बहुत खूबसूरत ढंग के नाल स्पष्ट किया। तो माँ कहती मेरा पुत है मैनू दे दौ लिया के जी भावना है। ठीक है गल माँ चाह है, माँ अपने बच्चे नाल प्यार भी है, सब कुछ है, माँ ने अपने बच्चे दुध भी देना, उन्होंने फीड भी करना है, पर उसके बावजूद भी सानू यह एहसास होना चाहिए ये सतगुरु ने दात दी है, सानू ये दात सतगुरु की है। तो उस सतगुरु की दिती दात नू ठीक तरीके ना उदी पालना पोषणा करनी, ठीक तरीके ना उदा उदी संभाल करनी, उदी एजुकेशन का इंतजाम करना, और उदे धार्मिक ज्ञान धार्मिक विद्या का प्रबंध करना, धर्म के नाल धर्म के रस्ते ते उन्हूं जोड़ के रखना, यह सारी जिम्मेवारी है। सो सब तो बड़ी जिम्मेवारी माता पिता की होंगी है कि माता पिता ने जिस कहते होंगे जो बूटा उगदा जिदा का पानी पाओगे, माता पिता ने जिधरों लाना है बच्चे ने वो माता पिता से डिपेंड करता है। जे माता पिता ने शराबी कबाबी बनाना है वो है, जे गुरु के लड़ लाना है, भाई साहब ने आख्या पहला आप उदा बनना है। जे माता पिता उठ के सवेर में पाठ नहीं करते तो बच्चे ने किदों करना, अपना जीवन ढालना पैना है, तो फिर बच्चे तुहाडे वल देख के उस तरह फॉलो करते हैं ऑटोमैटिकली। फिर एक भी गल है डॉक्टर साहब कि जी गुरमत का सिद्धांत गुरु साहब ने दिता ना सानू, उचो ये भी हवाले मिलते हैं भाई कई बार माँ बाप जड़े आ पहला गुरमत तो दूर होंगे बच्चे की वो रूह का उस घर प्रवेश कर जाने सत्संगी माहौल घर बन जाता, दुबला रिश्ता कायम हो जाता। शायद इस तरीके ही जो पहला नहीं गए इस रस्ते तुरे हुए, शायद उस बच्चे की सामभ संभाल करते करते असं गुरु के नाल जुड़ जाइए तो साढ़े जीवन का जो मकसद है वह पूरा हो जाए। एक गल हमेशा याद रखने की लौड़ है, मैं इनू यही समझ आई है, तो थोड़े नेक नीयत के नाल मैं सांझी कर देनी है। ये जन्म जड़ा है ये सिर्फ खाण पीण वास्ते नहीं मिलया, इहदा जड़ा मकसद है वह सिर्फ ऐश करना ही नहीं है, सोहणियां कारां लैणियां वधिया घर बनाउणे इत्थों तक सीमित नहीं है, ये जरूरत है साडी, सतगुरु ने दिते ने सानू, इह कोई माड़ी गल भी नहीं, जे दिते ने तां दिते ने, पर उहदे नाल नाल जिहड़ा साडा जीवन है गुरमत रूपी उहदा होना बहुत लाजमी है, क्योंकि यह जिहड़ा जीवन है इस जीवन दे विच असीं कोई कर्म करन वास्ते आए हाँ। वो जिहड़ा कर्म है वो है कि जिहड़ी पिछले साडे जन्मां जन्मांतरां दी साडे कर्मां दी मैल लगी आ वह धोण वास्ते आए हाँ, तो वह साडे कोलों नहीं धोती जानी, क्योंकि साइंस का ज्ञानी है अग्ञानता का हनेरा है, वह बाजों गुरु गुवार है वाली जी अवस्था है ना उस बाहर निकल के गुरु के लड़ लग के जिमें जे सौ चंदा उगवें सूरज चढ़े हजार एते चरण होंगे गुरबिन घोर अंधार, गुरबिन घोर अंधार गुरुबिन समझ ना आवे, वो गुरु के लड़ लग के सचमुच ही ईमानदारी के नाल दिखावे लई नहीं कर्मकांडी रूप के नहीं गुरु की दित्ती सिक्ख्या जी अनुसार जीवन जी के असी कुछ प्राप्ति कर सकते हैं, फिर साढ़े जिंदगी का जोड़ा मकसद है वो पूरा हो सकता है, जिदे करके असं इस संसार च आए सी।
ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਉਤਰੀ ਵਰੀਆ ਅਵਰ ਕਾਜ ਤੇਰੇ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਤਿਗੁਰੂ ਸਪਸ਼ਟ ਦੱਸਦੇ ਨੇ ਕੀ ਕਰਨ ਤੂੰ ਆਇਆ ਅਤੇ ਇਹ ਜ਼ਿੰਦਗੀ ਤੇਰੀ ਕਿਤਨੀ ਵਡਮੁੱਲੀ ਹੈ ਅਤੇ ਸਭ ਤੋਂ ਵੱਡਾ ਅਸੂਲ ਸਭ ਤੋਂ ਵੱਡੀ ਗੱਲ ਜੇ ਉਹਦੇ ਦੁਆਰੇ ਦੇ ਉੱਤੇ ਆਤਮ ਸਮਰਪਣ ਕਰਨਾ ਆ ਜਾਵੇ ਆਪਣਾ ਆਪ ਸਮਰਪਣ ਕਰ ਦਈਏ ਟੈ ਪਈਏ ਕਿ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੇਲ ਲਿਓ ਵਡਿਆਈ ਵਾਹਿਗੁਰੂ ਜਦੋਂ ਉਹਦੇ ਦਰ ਦੇ ਉੱਤੇ ਟੈ ਪਈਏ ਆਪਾਂ ਸਭ ਤਿਆਗ ਕੇ ਅਤੇ ਫਿਰ ਗੁਰੂ ਤਾਂ ਬਖਸ਼ਿਸ਼ ਕਰਦਾ ਉਹ ਤਾਂ ਬਖਸ਼ਿੰਦ ਪਿਤਾ ਹੈ ਸਿੱਖ ਨੇ ਉਹਦਾ ਹੁਕਮ ਮੰਨਦਿਆਂ ਆਪਣੇ ਆਪ ਨੂੰ ਫਿਰ ਉਹ ਅਵਸਥਾ ਆਉਂਦੀ ਨਾ ਲੋਕ ਸੁਖੀ ਹੈ ਪਰਲੋਕ ਸੇਲੇ ਵਾਲੀ ਵੀ ਇਸ ਜ਼ਿੰਦਗੀ ਦੇ ਵਿੱਚ ਵੀ ਆਨੰਦ ਅਤੇ ਇਹ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਜਿਹੜਾ ਉਹ ਵੀ ਫਿਰ ਸਫਲਤਾ ਨਾਲ ਜਾਂਦਾ ਬੰਦਾ ਸਿਰ ਉੱਚਾ ਕਰਕੇ ਫਿਰ ਗੁਰੂ ਉਹਨਾਂ ਨੂੰ ਸ਼ਾਬਾਸ਼ ਦਿੰਦਾ ਹਾਂ ਗੁਸਾਈ ਦਾ ਪਹਿਲਵਾਨ ਗੁਰਮਿਲ ਉੱਚ ਦਮਾਲੜਾ ਸਭ ਹੋਈ ਛਿੰਝ ਇਕੱਠੀਆਂ ਦਾ ਬੈਠਾ ਵੇਖੇ ਆਪ ਜੀਓ ਵੀ ਉਹ ਗੁਰੂ ਨੇ ਥਾਪੜਾ ਦੇ ਕੇ ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਫਿਰ ਇਸ ਸੰਸਾਰ ਦੇ ਵਿੱਚ ਉਹ ਜਿਹੜੇ ਵਿਕਾਰੀ ਵਿਅਕਤੀ ਨੂੰ ਫਤਿਹ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਕਾਮਯਾਬੀ ਆਪਣੇ ਜ਼ਿੰਦਗੀ ਦਾ ਮਕਸਦ ਜਿਹੜਾ ਉਹ ਫਿਰ ਪੂਰਾ ਕਰਕੇ ਚਲੇ ਜਾਂਦੇ ਹਾਂ ਇਸ ਸੰਸਾਰ ਤੋਂ ਸੋ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਇਹ ਮਕਸਦ ਸਮਝ ਆਉਣਾ ਹੈ ਹਾਂ ਆਪਣੀ ਕਿਰਪਾ ਨਹੀਂ ਆਪਣੇ ਉਪਰਾਲੇ ਨਾਲ ਨਹੀਂ ਸਾਡੀ ਸਮਝ ਅਧੂਰੀ ਹੈ ਗੁਰੂ ਪੂਰਾ ਹੈ ਅਤੇ ਗੁਰੂ ਦੇ ਲੜ ਲੱਗ ਜਾਈਏ ਅਤੇ ਗੁਰੂ ਆਪ ਸਾਡੀ ਉਂਗਲ ਫੜ ਕੇ ਆਪ ਤੋਰਦਾ ਹੈ ਆਪ ਰੱਖਿਆ ਕਰਦਾ ਹੈ ਅਤੇ ਉਹਦੇ ਵਿੱਚ ਜੇ ਕੋਈ ਤਕਲੀਫ ਜਿੱਦਾਂ ਦੁਨੀਆਦਾਰਾਂ ਦੀ ਅੱਖਾਂ ਵਿੱਚ ਤਕਲੀਫ ਹੋਵੇਗੀ ਪਰ ਉਹ ਵੀ ਉਹਦੀ ਰਜ਼ਾ ਹੈ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸੋ ਅੱਜ ਜਿਹੜਾ ਸਭ ਤੋਂ ਵੱਡਾ ਸਬਕ ਮਿਲਿਆ ਉਹ ਹੈ ਉਹਦੀ ਰਜ਼ਾ ਉਹਦੇ ਹੁਕਮ ਦੇ ਵਿੱਚ ਉਹਦੇ ਹੁਕਮ ਨਾਲ ਹੀ ਜਨਮ ਹੋਇਆ ਹੈ ਹੁਕਮ ਨਾਲ ਜਨਮ ਹੋਇਆ ਹੈ ਅਤੇ ਹੁਕਮ ਨਾਲ ਉਹਨੇ ਹੁਕਮ ਦੇ ਨਾਲ ਹੀ ਸਾਡੀ ਜਿਹੜੀ ਜ਼ਿੰਦਗੀ ਦਾ ਇੱਕ ਟੈਂਪਲੇਟ ਹੈ ਉਹ ਵੀ ਨੀਅਤ ਕੀਤੀ ਹੋਈ ਹੈ ਅਤੇ ਉਹ ਨੀਅਤ ਟੈਂਪਲੇਟ ਜਿਹੜੀ ਹੈ ਉਹੀ ਹੁਕਮ ਹੈ ਉਹੀ ਰਜ਼ਾ ਹੈ ਉਹੀ ਭਾਣਾ ਜਦੋਂ ਤੋਂ ਬਾਹਰ ਜਾ ਕੇ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਉਹ ਉਹਦੇ ਨਾਲ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਹੁੰਦੀਆਂ ਅਤੇ ਇਹ ਅਸੀਂ ਕਦੀ ਉਪਰਾਲਾ ਨਹੀਂ ਕਰਨਾ ਕਿ ਅਸੀਂ ਸਿੱਧ ਕਰਨਾ ਹੈ ਹਾਂ ਨਹੀਂ ਇਹ ਚੀਜ਼ਾਂ ਸਿੱਧ ਹੋ ਹੀ ਨਹੀਂ ਸਕਦੀਆਂ ਇਹ ਤਾਂ ਗੁਰੂ ਦਾ ਹੁਕਮ ਹੈ ਮੋਟੀ ਮੋਟੀ ਜਿਹੀ ਮਿਸਾਲ ਹੈ ਭਾਈ ਸਾਹਿਬ ਜੀ ਅੱਜ ਇਹ ਅਸੀਂ ਸਿੱਧ ਕਰਨ ਲੱਗੇ ਜੀ ਕੇਸ ਕਿਉਂ ਰੱਖਣੇ ਆ ਕੇਸ ਜੀ ਇਹ ਸਾਨੂੰ ਤਾਕਤ ਦਿੰਦੇ ਆਹ ਕਰਦੇ ਆਹ ਕਰਦੇ ਨਹੀਂ ਇਹ ਗੁਰੂ ਦਾ ਹੁਕਮ ਹੈ ਸਿੱਖ ਨੇ ਕੇਸ ਰੱਖਣੇ ਗੱਲ ਇੱਥੇ ਗੱਲ ਮੁੱਕ ਗਈ ਇਹ ਡਿਬੇਟ ਦਾ ਵਿਸ਼ਾ ਹੀ ਨਹੀਂ ਤੁਹਾਨੂੰ ਐਕਸਪਲੇਨ ਕਰਨ ਦੀ ਲੋੜ ਹੀ ਨਹੀਂ ਬਿਲਕੁਲ ਗੁਰੂ ਦਾ ਹੁਕਮ ਹੈ ਡਿਬੇਟ ਨਹੀਂ ਇੱਥੇ ਡਿਬੇਟ ਜਿਹੜੀ ਗੱਲ ਗੁਰੂ ਨੇ ਕਹਿਤੀ ਨਾ ਵੀ ਆਹ ਕਰਨੀ ਹੈ ਉਹ ਤੇ ਬਹਿਸ ਕਾਹਦੀ ਹਾਂ ਬਹਿਸ ਤਾਂ ਕਰੀਏ ਨਾ ਜੇ ਅਸੀਂ ਗੁਰੂ ਤੋਂ ਸਿਆਣੇ ਹੋਣ ਦਾ ਦਾਅਵਾ ਕਰਦੇ ਹੋਈਏ ਤਾਂ ਇੱਦਾਂ ਤਾਂ ਅਸੀਂ ਕਰਦੇ ਨਹੀਂ ਪਰ ਫਿਰ ਵੀ ਅਗਿਆਨਤਾ 'ਚ ਅਸੀਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਿਹੜਾ ਨਹੀਂ ਕਰਨਾ ਚਾਹੀਦਾ ਸਾਨੂੰ ਸੋ ਇਹ ਜਨਮ ਸੰਸਕਾਰ ਜੀਵ ਕਿੱਥੋਂ ਆਇਆ ਕੀ ਕਰਨ ਆਇਆ ਅਤੇ ਜਨਮ ਕਿਹਦਾ ਹੋਇਆ ਆਤਮਾ ਦਾ ਨਹੀਂ ਆਤਮਾ ਕਦੀ ਮਰਦੀ ਹਾਂ ਜਨਮ ਹੋਇਆ ਹੈ ਸਰੀਰ ਇਹ ਸਰੀਰ ਪੰਜ ਪੂਤਕ ਸਰੀਰ ਜਿਹਦੇ ਵਿੱਚ ਰਹਿ ਕੇ ਇਹ ਧਰਮ ਕਮਾਉਣਾ ਹੈ ਇਸ ਧਰਮਸ਼ਾਲਾ ਦੇ ਵਿੱਚ ਆਇਆ ਅਤੇ ਈਮੇਲ ਡਾਕਟਰ ਸਾਹਿਬ ਆਪਾਂ ਦੱਸਣਾ ਹਾਂਜੀ ਦੱਸੋ ਜੀ ਤੁਸੀਂ ਨਾ ਆਪਣੀ ਫੀਡਬੈਕ ਜ਼ਰੂਰ ਦਿਓ ਅੱਜ ਕੱਲ੍ਹ ਤੁਹਾਡੀਆਂ ਈਮੇਲਾਂ ਥੋੜ੍ਹੀਆਂ ਡਰਾਈ ਹੋ ਗਈਆਂ ਸ਼ਾਇਦ ਪਿਛਲੀ ਵਾਰੀ ਸਾਡੀਆਂ ਚੱਲਦੀਆਂ ਨਹੀਂ ਸੀ ਕਾਫੀ ਸਮੇਂ ਤੋਂ ASM@sexchannel.tv ਸਾਨੂੰ ਤੁਹਾਡੀਆਂ ਈਮੇਲਾਂ ਦੀ ਉਡੀਕ ਰਹੇਗੀ ਅਤੇ ਅਗਲੇ ਪ੍ਰੋਗਰਾਮ ਜਿਹੜੇ ਨੇ ਉਹ ਫਿਰ ਤੁਹਾਡੀਆਂ ਜਿਹੜੀਆਂ ਆਉਂਦੀਆਂ ਨਾ ਫੀਡਬੈਕ ਉਹਦੇ ਮੁਤਾਬਕ ਕਰਨ ਦਾ ਯਤਨ ਕਰਦੇ ਹਾਂ ਔਰ ਤੁਸੀਂ ਇਹ ਕਿਰਪਾ ਜ਼ਰੂਰ ਕਰਿਓ ਸੋ ASM@sexchannel.tv ਅਤੇ ਅਗਲੇ ਹਫ਼ਤੇ ਦਾ ਪ੍ਰੋਗਰਾਮ ਆਪਾਂ ਅੰਮ੍ਰਿਤ 'ਤੇ ਕਰਨਾ ਕਿਉਂਕਿ 11 ਤਰੀਕ ਹੈ ਅਤੇ ਖਾਲਸਾ ਸਾਜਣਾ ਦਿਵਸ ਆ ਰਿਹਾ ਸਾਜਣਾ ਦਿਵਸ ਆ ਰਿਹਾ ਹੈ ਸੋ ਵਿਸ਼ੇਸ਼ ਅੰਮ੍ਰਿਤ ਦੇ ਉੱਤੇ ਸਤਿਗੁਰੂ ਦੀ ਬਖਸ਼ਿਸ਼ ਸਿੱਖ ਨੂੰ ਸੋ ਇਹਦੇ ਨਾਲ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ